ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਮੈਂ ਹਾਂ ਮਨਪ੍ਰੀਤ ਕੌਰ। ਅੱਜ ਤੁਹਾਡੀ ਮੁਲਾਕਾਤ ਅਸੀਂ ਪੰਜਾਬ ਦੇ ਇੱਕ ਗੱਭਰੂ ਜਵਾਨ ਦੇ ਨਾਲ ਕਰਵਾਉਣ ਜਾ ਰਹੇ ਹਾਂ, ਜਿਸਨੇ ਕਿ ਪੰਜਾਬ ਦੇ ਨਾਮ ਨੂੰ ਰੋਸ਼ਨ ਕੀਤਾ। ਸੋ ਮਿਸਟਰ ਪੰਜਾਬ ਵੀ ਰਹਿ ਚੁੱਕੇ ਨੇ ਅਤੇ ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਇਹਨਾਂ ਨੂੰ ਦੇਖ ਚੁੱਕੇ ਹੋ। ਸਾਰਾ ਗੜੀ ਬੈਟਲ ਦੇ ਉੱਤੇ ਇਹਨਾਂ ਵੱਲੋਂ ਇੱਕੀ ਸਰਫਰੋਸ਼ ਮੂਵੀ ਬਣਾਈ ਗਈ ਸੀ, ਜਿਸ ਦੇ ਵਿੱਚ ਬੂਟਾ ਸਿੰਘ ਦਾ ਕਿਰਦਾਰ ਕਰ ਚੁੱਕੇ ਨੇ, ਰੋਡੀਜ਼ ਦੇ ਵਿਨਰ ਵੀ ਰਹਿ ਚੁੱਕੇ ਨੇ। ਸੋ ਮੇਰੀ ਮੁਰਾਦ ਬਲਰਾਜ ਖਹਿਰਾ ਜੀ, ਸੋ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਬਲਰਾਜ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਵੀ ਔਰ ਜੋ ਮੈਨੂੰ ਇਸ ਵੇਲੇ ਸਾਰੇ ਦੇਖ ਰਹੇ ਦਰਸ਼ਕ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਬਲਰਾਜ, ਨੈੱਟਫਲਿਕਸ ਦੇ ਲਈ ਅਗਲੀ ਲਾਜ਼ੀਜ਼ ਕਰ ਰਹੇ ਹੋ ਤੁਸੀਂ, ਮੂਵੀ ਕਰ ਰਹੇ ਹੋ, ਕਿਹੋ ਜਿਹਾ ਐਕਸਪੀਰੀਅੰਸ ਹੈ, ਕੀ ਨਵਾਂ ਇਸ ਵਾਰ ਸਾਡੇ ਦਰਸ਼ਕਾਂ ਨੂੰ ਪਰੋਸ ਰਹੇ ਹੋ ਤੁਸੀਂ? ਬਸ ਮਾਲਕ ਦੀ ਕਿਰਪਾ ਹੋਈ ਆ। ਲਾਜ਼ੀਜ਼ ਦੇ ਵਿੱਚ ਮੈਂ ਇੱਕ ਇੰਟੈਲੀਜੈਂਟ ਕੌਪ ਦਾ ਕਰੈਕਟਰ ਪਲੇਅ ਕਰ ਰਿਹਾ ਜੀ, ਔਰ ਬੜਾ ਵਧੀਆ ਰਿਐਲਿਟੀ 'ਤੇ ਸ਼ੂਟ ਕੀਤਾ ਹੋਇਆ। ਇਹਦੇ ਵਿੱਚ ਜ਼ਿਆਦਾ ਤਾਮ ਝਾਮ ਨਹੀਂ ਦਿਖਾਇਆ ਗਿਆ, ਬਸ ਬੇਸਿਕਲੀ ਰਿਐਲਿਟੀ ਜਿਹੜੀ ਹੁੰਦੀ ਹੈ, ਜਿੱਦਾਂ ਨੋਰਮਲ ਲੋਕ ਰਹਿੰਦੇ ਆ, ਕੀ ਸੋਚਦੇ ਆ, ਕੀ ਕਰਦੇ ਆ, ਸੋ ਉਹਦੇ 'ਤੇ ਬਣਾਇਆ ਗਿਆ ਹੈਗਾ। ਸੋ ਆਈ ਐਮ ਵੈਰੀ ਹੈਪੀ। ਵੈਸੇ ਤਾਂ ਮੇਰਾ ਸ਼ੌਂਕ ਸੀ ਕਿ ਮੈਂ ਪੁਲਿਸ 'ਚ ਭਰਤੀ ਹੁੰਦਾ ਜੀ, ਪਰ ਰੀਅਲ ਲਾਈਫ 'ਚ ਤਾਂ ਨਹੀਂ ਹੋਇਆ, ਮੌਕਾ ਮਿਲਣ ਦੇ ਬਾਵਜੂਦ ਵੀ ਨਹੀਂ ਹੋਇਆ, ਬਟ ਰੀਅਲ ਲਾਈਫ ਦੇ ਵਿੱਚ ਮੈਨੂੰ ਇਹ ਕਰੈਕਟਰ ਪਲੇਅ ਕਰਨ ਦਾ ਮੌਕਾ ਮਿਲਿਆ। ਸੋ ਇਟਸ ਵੈਰੀ ਬਿਊਟੀਫੁਲ, ਬੜਾ ਗ੍ਰੇਟਫੁਲ ਹੈਗਾ ਮੈਂ ਇਹਦੇ ਲਈ, ਔਰ ਮੈਨੂੰ ਲੱਗਦਾ ਕਿ ਇਹ ਲਿਖਿਆ ਵੀ ਬਹੁਤ ਸੋਹਣਾ ਹੈਗਾ, ਗੁਰਪ੍ਰੀਤ ਭੁੱਲਰ ਜੋ ਪੰਜਾਬੀ ਰਾਈਟਰ ਨਾਲ ਲਿਖਿਆ ਹੋਇਆ ਜੀ, ਗੀਤ MP3 ਦਾ ਪ੍ਰੋਡਿਊਸ ਕੀਤਾ ਹੋਇਆ, ਔਰ ਮੇਰੇ ਨਾਲ ਖਾਸਮ ਖਾਸ ਗੱਲ ਇਹ ਹੈਗੀ ਹੈ ਕਿ ਇਹਦੇ ਵਿੱਚ ਮੈਂ ਔਰ ਇੱਕ ਮੇਰਾ ਅਜ਼ੀਜ਼ ਦੋਸਤ ਸ਼ੁਭ ਸੰਧੂ ਜੀ, ਜਿਹੜਾ ਕਿ ਮਿਸਟਰ ਪੰਜਾਬ 'ਚ ਮੇਰੇ ਨਾਲ ਸੀ, ਅਸੀਂ ਦੋਨੋਂ ਇਹ ਕਰ ਰਹੇ ਹਾਂ, ਉਹ ਨੈਗੇਟਿਵ ਕਰ ਰਿਹਾ ਔਰ ਮੈਂ ਪੋਜ਼ਿਟਿਵ ਕਰ ਰਿਹਾ ਹਾਂ, ਪੋਜ਼ਿਟਿਵ ਨਹੀਂ ਮਤਲਬ ਕਿ ਮੈਂ ਉਹਨੂੰ ਫੜ ਰਿਹਾ। ਸੋ ਬੇਸਿਕਲੀ ਕਾਫੀ ਅੱਛਾ ਇੰਟਰਸਟਿੰਗ ਹੈ ਜੀ, ਮਜ਼ਾ ਉਦੋਂ ਆਇਆ ਕਿ ਜਦੋਂ ਇਸ ਪ੍ਰੋਜੈਕਟ ਨਾਲ ਦੁਆਵਾਂ ਬਹੁਤ ਸੀ, ਸ਼ੁਭ ਦੀ ਮੰਮੀ ਹਮੇਸ਼ਾ ਸੈੱਟ 'ਤੇ ਬੈਠੇ ਰਹਿੰਦੇ ਸੀ ਜੀ, ਸੋ ਬੜੀ ਮੁਹੱਬਤ ਮਿਲੀ ਉਹਨਾਂ ਤੋਂ, ਅਤੇ ਮੈਂ ਸ਼ੁਕਰੀਆ ਕਰਦਾ ਵਾਪਸ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਉਸ ਦੇ ਕਾਬਿਲ ਸਮਝਿਆ ਔਰ ਇਹ ਕੰਮ। ਬਲਰਾਜ, ਫਰੈਂਡ ਦੀ ਤੁਸੀਂ ਗੱਲ ਕਰ ਰਹੇ ਹੋ, ਕਿ ਸਕੂਲ ਫਰੈਂਡ ਹੈ ਤੁਹਾਡਾ, ਕਿਵੇਂ ਜਾਣਦੇ ਹੋ ਤੁਸੀਂ ਆਪਣੇ ਉਸ ਦੋਸਤ ਨੂੰ ਜਿਹੜਾ ਤੁਹਾਡੇ ਨਾਲ ਇਸ ਮੂਵੀ ਦੇ ਵਿੱਚ ਕਰੈਕਟਰ ਕਰ ਰਿਹਾ, ਸ਼ੁਭ ਜਿਹਦਾ ਨਾਮ ਤੁਸੀਂ ਲੈ? ਸ਼ੁਭ ਨੂੰ ਮੈਂ ਮਿਲਿਆ ਸੀ ਮਿਸਟਰ ਪੰਜਾਬ 'ਚ 2014 'ਚ ਜੀ, ਮੇਰੇ ਨਾਲ ਫਾਈਨਲੇ ਦੇ ਵਿੱਚ ਹੀ, ਬਟ ਉਹ ਅੱਗੇ ਨਹੀਂ ਆ ਪਾਇਆ, ਬਟ ਬਹੁਤ ਮਿਹਨਤੀ ਮੁੰਡਾ, ਬੜਾ ਕੀੜਾ ਉਹਦੇ ਦਿਮਾਗ 'ਚ ਹੈਗਾ ਐਕਟਿੰਗ ਦਾ, ਈਵਨ ਦੈਨ ਉਹਨੇ ਇੱਕ ਦੋ ਪੰਜਾਬੀ ਫਿਲਮਾਂ ਵਿੱਚ ਸਿਕੰਦਰ 2 ਔਰ ਇੱਕ ਸ਼ੂਟਰ ਫਿਲਮ 'ਚ ਅੱਛਾ ਕੰਮ ਕੀਤਾ ਹੋਇਆ ਜੀ, ਸੋ ਉਹਦੇ ਨਾਲ ਮੇਰਾ ਹੈਗਾ ਔਰ ਬਹੁਤ ਮਜ਼ੇਦਾਰ ਹੈ ਜੀ। ਸੋ ਪਿੱਛੇ ਵੀ ਨੈੱਟਫਲਿਕਸ ਦੇ ਲਈ OTT ਪਲੇਟਫਾਰਮ ਲਈ ਤੁਸੀਂ ਕੀਤੀ ਸੀ ਕੀ ਸਰਫਰੋਸ਼, ਬੂਟਾ ਸਿੰਘ ਦਾ ਕਿਰਦਾਰ ਕੀਤਾ ਸੀ, ਸੋ ਜਿਹੜਾ ਬਲਰਾਜ ਖਹਿਰਾ ਉਹਦਾ ਬੂਟਾ ਸਿੰਘ ਤੱਕ ਦਾ ਜਿਹੜਾ ਸਫ਼ਰ ਹੈ, ਕਿਵੇਂ ਦਾ ਰਿਹਾ ਜ਼ਿੰਦਗੀ ਦਾ? ਇਹ ਬਹੁਤ ਰੂਹਾਨੀਅਤ ਸੀ, ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਇਸੇ ਕਿਰਦਾਰ ਨੂੰ ਨਿਭਾਉਣਾ, ਜਿਹਨੂੰ ਸੋਚ ਕੇ ਵੀ ਤੁਹਾਡੀ ਰੂਹ ਕੰਬ ਉੱਠਦੀ ਹੈ ਕਿ ਯਾਰ ਐਡਾ ਵੱਡਾ ਕਿਰਦਾਰ ਜੀ, ਜੇ ਰਿਐਲਿਟੀ ਦੇ ਵਿੱਚ ਦੇਖੀਏ ਤਾਂ ਜੀ, ਕਿੰਨੇ ਕਿਹੜੇ ਵੱਡੇ ਸਿੰਘ ਸੂਰਮੇ ਸੀ ਜਿਨ੍ਹਾਂ ਨੂੰ ਅਸੀਂ ਕਿਰਦਾਰ ਕੀਤਾ, ਉਹਨਾਂ ਦਾ ਕੋਸ਼ਿਸ਼ ਕੀਤੀ ਹੈ ਕਿ ਆਪਣੀ ਹੋਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈਗੀ ਆ, ਨੌਜਵਾਨ ਪੀੜ੍ਹੀ, ਇਹਨਾਂ ਵਾਸਤੇ ਕੁਝ ਬਣਾ ਸਕੀਏ ਔਰ ਬਣਾਇਆ ਵੀ ਹੈ ਕਿ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ, ਤਾਂ ਜਿਹਨਾਂ ਨੂੰ ਪਤਾ ਲੱਗੇ ਅਸੀਂ ਕਿਸ ਕੌਮ ਦੇ ਵਾਸੀ ਆ, ਉਹ ਸ਼ਲਾਰੂ ਪੁਣਾ ਜਿਹਾ ਛੱਡਣ ਔਰ ਬੰਦੇ ਦੇ ਪੁੱਤ ਬਣਨ ਜੀ। ਬੰਦੇ ਦੇ ਪੁੱਤ ਬਣਨ ਦਾ ਮਤਲਬ ਇਹ ਹੈਗਾ ਕਿ ਗੁਰਬਾਣੀ ਵੀ ਕਹਿੰਦੀ ਆ ਕਿ ਮਾਨਸ ਕੀ ਜਾਤ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ ਨਾ ਜੀ, ਤੇ ਕਦੀ ਤੁਸੀਂ ਕਿਸੇ ਡੰਗਰ ਨੂੰ ਡੰਗਰ ਨਹੀਂ ਕਹਿੰਦੇ, ਡੰਗਰ ਨੂੰ ਨਹੀਂ ਕਹਿੰਦੇ ਬੰਦਾ ਬਣ ਜਾ ਜੀ, ਬਿਲਕੁਲ ਬੰਦੇ ਨੂੰ ਕਹਿੰਦਾ ਬੰਦਾ ਬਣ ਜਾ, ਬੰਦਾ ਬਣ ਜਾ, ਬਿਲਕੁਲ। ਇਸ ਕਰਕੇ ਮੈਂ ਵਾਪਸ ਕਹਿ ਰਿਹਾ, ਜਿਹੜੇ ਮੈਨੂੰ ਸੁਣ ਰਹੀ ਆ ਜਵਾਕ, ਬੰਦੇ ਬਣ ਜਾਓ, ਬਿਲਕੁਲ। ਸੋ ਲਾਜ਼ੀਜ਼ ਦੇ ਵਿੱਚ ਵੀ ਇੱਕ ਪੁਲਿਸ ਦਾ ਕਿਰਦਾਰ ਤੁਸੀਂ ਨਿਭਾ ਰਹੇ ਹੋ, ਔਰ ਇੱਥੇ ਵੀ ਪੁਲਿਸੀਆ ਰੂਪ ਤੁਹਾਡਾ ਵੇਖਣ ਨੂੰ ਮਿਲਦਾ ਸਾਡੇ ਦਰਸ਼ਕਾਂ ਨੂੰ। ਸੋ ਬੰਦੇ ਬਣ ਜਾਓ ਤੁਸੀਂ ਸ਼ਬਦ ਯੂਜ਼ ਕੀਤਾ, ਕੀ ਕਾਰਨ ਹੈ ਕਿ ਤੁਸੀਂ ਬੰਦੇ ਬਣਾ ਰਹੇ ਹੋ ਲੋਕਾਂ ਨੂੰ, ਕੀ ਕਾਰਨ ਹੈ ਇਹਦਾ? ਇਹ ਪਰਮਾਤਮਾ ਨੇ ਤਾਂ ਬੜੀ ਸੋਹਣੀ ਰਚਨਾ ਰਚੀ ਆ, ਮਨੁੱਖ ਬਣਾਇਆ ਜੀ, ਪਰ ਅਸੀਂ ਮਨੁੱਖ ਹੋ ਕੇ ਵੀ ਪਸ਼ੂ ਹਾਂ, ਇਹ ਗੁਰਬਾਣੀ 'ਚ ਵੀ ਕਹਿੰਦੇ ਜੀ, ਅਤੇ ਗੱਲ ਸੱਚ ਵੀ ਹੈ।
ਕਿਉਂ ਕਿਤੇ ਨਾ ਕਿਤੇ ਯੂ ਹੈਵ ਟੂ ਬੈਲੈਂਸ ਯੂਅਰ ਐਨਰਜੀਸ ਬਰਾਬਰ। ਥੋੜ੍ਹਾ ਅੱਗੇ ਚਲ ਜਾਓਗੇ ਤਾਂ ਤੁਸੀਂ ਸਮਾਧੀ ਜਾ ਜਾਓਗੇ, ਵਿਚਕਾਰ ਰਹੋਗੇ ਤਾਂ ਮਨੁੱਖ, ਪਿੱਛੇ ਆ ਜਾਓਗੇ ਥੋੜ੍ਹਾ ਜਿਹਾ ਪਸ਼ੂ। ਸੋ ਇਹ ਐਨਰਜੀ ਤੁਹਾਨੂੰ ਬੈਲੈਂਸ ਕਰਨੀ ਪੈਂਦੀ ਹੈ, ਜਿਹੜੀ ਕਿ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੈਜੋਰਿਟੀ ਆਫ ਪੀਪਲਸ ਇਮਬੈਲੈਂਸ ਤੁਰੇ ਕਰਦੇ ਆ। ਈਵਨ ਉਹ ਵੀ ਲੋਸਟ ਆ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕੀ ਕਰ ਰਿਹਾ ਕੀ ਨਹੀਂ ਕਰਨਾ, ਕੀ ਕਰਨਾ ਚਾਹੁੰਦੇ ਆ ਪਤਾ ਹੀ ਨਹੀਂ, ਬਸ ਉਹ ਕਰ ਰਿਹਾ ਸੀ ਮੈਂ ਵੀ ਕਰ ਰਿਹਾ ਸੀ। ਇਸ ਕਰਕੇ ਮੈਂ ਵਾਪਸ ਕਹਿ ਰਿਹਾ, ਮੇਨਟੇਨ ਯੂਅਰ ਐਕਸੀਲੈਂਸ, ਆਪਣੇ ਬ੍ਰੇਨ ਨੂੰ ਸਹੀ ਤਰ੍ਹਾਂ ਰੱਖੋ, ਆਪਣੇ ਆਪ ਨੂੰ ਬੈਲੈਂਸ ਰੱਖੋ, ਔਰ ਜੇ ਦੁਨੀਆ 'ਤੇ ਆਏ ਤਾਂ ਕੁਛ ਚੰਗਾ ਕਰਕੇ ਜਾਓ, ਇਸ ਪਲੈਨਟ 'ਤੇ ਕੁਝ ਨਵਾਂ ਕ੍ਰੀਏਟ ਕਰਕੇ ਜਾਓ। ਸੋ ਇਸ ਕਰਕੇ ਮੈਂ ਵਾਪਸ ਕਹਿ ਰਿਹਾ ਕਿ ਸ਼ਲਾਰੂਪੁਣਾ, ਫੁਕਰਾਪਨ, ਵਿਖਾਵੇ ਤੋਂ ਬਚੋ ਅਤੇ ਬੰਦੇ ਬਣ ਜਾਓ ਜੀ। ਸੋ ਬਲਰਾਜ, ਬਚਪਨ ਦੀ ਜੇਕਰ ਗੱਲ ਕਰੀਏ ਤਾਂ ਬਚਪਨ ਦੀ ਕਿਹੜੀ ਯਾਦ ਹੈ ਜਿਹੜੀ ਅਜੇ ਵੀ ਤੁਹਾਡੇ ਅੱਖਾਂ 'ਚੋਂ ਪਾਣੀ ਲਿਆ ਦਿੰਦੀ ਹੈ? ਬਚਪਨ ਦੀ ਇੱਦਾਂ ਦੀਆਂ ਕਈ ਯਾਦਾਂ, ਜੇ ਮੈਂ ਉਸ ਜ਼ੋਨ 'ਚ ਚੱਲ ਜਾਵਾਂ ਤਾਂ ਮੈਂ ਰੋਈ ਜਾਵਾਂ ਜੀ। ਇਹਨਾਂ ਚੰਗਾ ਕਿ ਤੁਸੀਂ ਨਾ ਹੀ ਗੱਲ ਕਰੋ ਅਤੇ ਮੈਂ ਹੁਣੇ ਰੋ ਪੈਣਾ ਤੁਹਾਡੀ ਇੰਟਰਵਿਊ ਸਾਹਮਣੇ। ਇਸ ਕਰਕੇ ਬੜੇ ਉਤਾਰ ਚੜਾਅ ਜ਼ਿੰਦਗੀ 'ਚ ਵੇਖੇ ਆ ਜੀ, ਔਰ ਬੇਸਿਕਲੀ ਇਮੋਸ਼ਨਸ ਹੁੰਦੇ ਆ ਤੁਹਾਡੇ ਟ੍ਰਿਗਰ ਕਰਦੇ ਆ ਜੀ, ਕੁਝ ਨੈਗੇਟਿਵ ਕੋ ਪੋਜ਼ਿਟਿਵ, ਉਹ ਇਮੋਸ਼ਨਸ ਅਜੇ ਵੀ ਦਿਲ ਦੇ ਵਿੱਚ ਹੁੰਦੇ ਜੀ। ਸੋ ਮੈਂ ਚਾਹਾਂਗਾ ਕਿ ਖੁਸ਼ੀ ਦਾ ਮੌਕਾ, ਅੱਜ ਮੇਰਾ ਬਰਥਡੇ ਵੀ ਹੈ ਅਤੇ ਆਪਾਂ ਉਸ ਨੈਗੇਟਿਵ ਇਮੋਸ਼ਨਸ ਨਾ ਜਾਈਏ। ਮੈਂ ਇਹੀ ਕਹੂੰਗਾ ਕਿ ਜਿਹੜੇ ਇਮੋਸ਼ਨਸ ਹੁੰਦੇ ਨਾ ਨੈਗੇਟਿਵ, ਉਹ ਵੀ ਬਹੁਤ ਜ਼ਰੂਰੀ ਹੁੰਦੇ, ਸਮਟਾਈਮ ਸਾਨੂੰ ਉਹ ਪੁਸ਼ ਕਰਦੇ ਆ, ਪਰ ਉਹ ਪੁਸ਼ ਲੈਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਦਾ ਹਰ ਤਜਰਬਾ ਕਰਨਾ ਬਹੁਤ ਜ਼ਰੂਰੀ ਹੈ, ਜੇ ਖੁਸ਼ ਹੋ ਤਾਂ ਖੁਸ਼ੀ ਵੀ ਐਕਸਪੀਰੀਅੰਸ ਕਰੋ, ਜਾਂ ਸੈਡ ਹੋ ਤਾਂ ਸੈਡਨੈਸ ਵੀ ਇੰਜੋਏ ਕਰੋ। ਬਿਲਕੁਲ। ਸੋ ਇਹ ਦੋਵਾਂ ਜ਼ਿੰਦਗੀ ਦੇ ਸਾਰੇ ਫਲਸਫੇ ਜਿਹੜੇ ਆ ਚੱਖਣੇ ਜ਼ਰੂਰ ਚਾਹੀਦੇ, ਮੇਰਾ ਇੱਕ ਐਕਸਪੀਰੀਅੰਸ ਆ ਲਾਈਫ ਦਾ, ਤਾਂ ਮੈਂ ਤੁਹਾਨੂੰ ਵੀ ਇਹੀ ਕਹਿੰਦਾ। ਬਲਰਾਜ, ਵੈਡਿੰਗ ਸੀਜ਼ਨ ਚੱਲ ਰਿਹਾ, ਦੇਖਿਆ ਜਾਵੇ ਸੈਲੀਬ੍ਰਿਟੀਜ਼ ਵਿਆਹ ਕਰਾ ਰਹੇ ਨੇ, ਸੋ ਬਲਰਾਜ ਖਹਿਰਾ ਕਦੋਂ ਵਿਆਹ ਕਰਾ ਰਹੇ ਨੇ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਜੀ, ਇਹ ਤਾਂ ਪਰਮਾਤਮਾ ਦੇ ਹੱਥ ਹੁੰਦਾ ਜੀ, ਵਿਆਹ ਕਰਾਉਣਾ ਤਾਂ ਪਿਛਲੇ 15 ਸਾਲਾਂ ਦਾ ਕਰਾ ਰਿਹਾ ਮੇਰੇ ਘਰ ਦੇ, ਅਤੇ ਬਟ ਮੈਂ ਕਾਬੂ ਨਹੀਂ ਆਇਆ, ਕੁਝ ਹਾਲਾਤ ਇੱਦਾਂ ਦੇ ਸੀ, ਕੁਝ ਸਰਕਮਸਟਾਂਸਿਸ, ਕੁਝ ਸਮਾਜਿਕ ਮਸਲੇ, ਬਹੁਤ ਸਾਰੇ ਲਾਈਫ ਦੇ ਵਿੱਚ ਚੈਲੰਜ ਸੀ ਜੀ, ਅਤੇ ਔਖੇ ਸੌਖੇ ਨਿਕਲੇ ਆ ਉਹਦੇ ਵਿੱਚੋਂ। ਬਾਕੀ ਮਾਲਕ ਦਾ ਸ਼ੁਕਰ ਆ, ਜੇ ਉਹ ਕਿਸੇ ਸਿਚੁਏਸ਼ਨ 'ਚ ਪਾਉਂਦਾ ਵੀ ਹੈ ਤਾਂ ਤੁਹਾਨੂੰ ਕੱਢ ਵੀ ਲੈਂਦਾ ਜੀ। ਬਿਲਕੁਲ। ਅਤੇ ਬਾਕੀ ਮੈਂ ਆਪਣੇ ਘਰਦਿਆਂ ਨਾਲ ਕਮਿਟ ਕਰ ਚੁੱਕਾ ਕਿ ਮੈਂ ਨੈਕਸਟ ਈਅਰ ਪੱਕਾ ਵਿਆਹ ਕਰਾ ਲਵਾਂਗਾ। ਓਕੇ, ਤੇ ਸਾਡੇ ਦਰਸ਼ਕ ਹੁਣ ਪੱਕੇ ਹੋ ਜਾਣਗੇ ਨੈਕਸਟ ਈਅਰ ਬਲਰਾਜ ਖਹਿਰਾ ਦਾ ਵਿਆਹ ਵੇਖਣ ਨੂੰ ਮਿਲ ਰਿਹਾ। ਬਾਕੀ ਮਾਲਕ ਮਿਹਰ ਕਰੇ, ਸਭ ਠੀਕ ਠਾਕ ਹੈ, ਅਗਲੇ ਸਾਲ ਪੱਕਾ ਵਿਆਹ ਕਰਾ ਲਵਾਂਗਾ। ਸੋਰੀ, ਅਰੇਂਜ ਮੈਰਿਜ ਹੋ ਰਹੀ ਹੈ ਕਿ ਲਵ ਮੈਰਿਜ ਹੋ ਰਹੀ ਹੈ ਇਹ ਵੀ ਪਹਿਲੇ ਦੱਸ ਦਿਓ। ਆਮ ਡਨ ਵਿਦ ਲਵ ਮੈਰਿਜਸ, ਨਾਓ ਆਮ ਓਕੇ ਵਿਦ ਅਰੇਂਜ ਮੈਰਿਜ। ਕੀ ਬਾਤ ਹੈ ਜੀ, ਸਾਡੇ ਦਰਸ਼ਕਾਂ ਲਈ ਇੱਕ ਨਵਾਂ ਐਕਸਪੀਰੀਅੰਸ ਅਗਲੇ ਸਾਲ ਹੋਏਗਾ। ਸੋ ਪੰਜਾਬੀ ਬੁਲੇਟਿਨ ਜਿੰਨੇ ਵੀ ਦੇਖ ਰਹੇ ਨੇ, ਸੋ ਸਾਰੇ ਦਰਸ਼ਕ ਜਿਹੜੇ ਆ ਜਾਣ ਲੈਣ ਕਿ ਬਲਰਾਜ ਖਹਿਰਾ ਅਗਲੇ ਸਾਲ ਵਿਆਹ ਕਰਾ ਰਹੇ ਨੇ ਔਰ ਅਰੇਂਜ ਮੈਰਿਜ ਹੋ ਰਹੀ ਹੈ ਬਲਰਾਜ ਜੀ। ਸੋ ਬਲਰਾਜ, ਹੁਣ ਇਸ ਦੇ ਨਾਲ ਹੀ ਗੱਲਾਂ ਨੂੰ ਅੱਗੇ ਕੰਟੀਨਿਊ ਕਰਦੇ ਹਾਂ, ਯੂਥ 'ਤੇ ਗੱਲ ਕਰਦੇ ਹਾਂ। ਤੁਸੀਂ ਫਿਟਨੈਸ ਟ੍ਰੇਨਰ ਵੀ ਹੋ, ਅੱਜ ਕੱਲ੍ਹ ਲੋਕਾਂ ਦੇ ਵਿੱਚ ਪਤਲੇ ਹੋਣ ਦਾ ਭੂਤ ਸਵਾਰ ਬਹੁਤ ਹੈ, ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ, ਕਿਉਂਕਿ ਮੈਂ ਵੀ ਕਾਫੀ ਸੁੱਕਣਾ ਹੈਲਥੀ ਹਾਂ। ਦੇਖੋ, ਪ੍ਰੋਫੈਸ਼ਨ ਤਾਂ ਮੇਰਾ ਫਿਟਨੈਸ ਟ੍ਰੇਨਰ ਹੈ, ਇਟ ਡਜ਼ਨਟ ਮੀਨ ਕਿ ਤੁਸੀਂ ਜੋ ਪਤਲੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਫਿੱਟ ਹੋ ਜੀ। ਫਿਟਨੈਸ ਅਲੱਗ ਪੈਟਰਨ ਆ, ਪਤਲੇ ਹੋਣਾ ਅਲੱਗ ਪੈਟਰਨ ਆ। ਬਹੁਤ ਸਾਰੇ ਲੋਕ ਅੰਨੇ ਵਾਹ ਜੀ, ਬਹੁਤ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਆ, ਡਾਇਟਸ ਦੇ, ਐਕਸਰਸਾਈਜ਼ ਦੇ, ਸਪਲੀਮੈਂਟਸ ਦੇ, ਸਟੀਰੋਇਡਸ ਦੇ, ਕਿ ਉਹ ਮੈਂ ਸੋਚਦਾ ਹੁੰਦਾ ਯਾਰ ਤੁਹਾਨੂੰ ਚੱਕਰ ਕੀ ਹੈ, ਮਤਲਬ ਜਿਹਨੂੰ ਪੁੱਛੋ ਮੈਂ ਤਾਂ ਰੋਟੀ ਛੱਡੀ ਹੋਈ ਆ, ਮੈਂ ਤਾਂ ਘਿਓ ਨਹੀਂ ਖਾਂਦਾ, ਆਪਣੇ ਆਪ ਨੂੰ ਨਾ ਬੜਾ ਮਹਾਨ ਦੱਸਦੇ ਆ ਕਿ ਅਸੀਂ ਰੋਟੀ ਨਹੀਂ ਖਾਂਦੇ ਤਾਂ ਪਤਾ ਨਹੀਂ ਕਿੰਨੇ ਕੁ ਗ੍ਰੇਟ ਆ ਜੀ। ਮੈਂ ਸੋਚਦਾ ਹੁੰਦਾ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਪੰਜਾਬੀ ਪੁੱਤ ਹੋ, ਹੈ ਨਾ, ਅਤੇ ਤੁਸੀਂ ਆਪਣਾ ਹੀ ਸਭ ਕੁਝ ਭੁੱਲ ਜਾਓਗੇ। ਦੇਖੋ ਹੁਣ ਸਾਡੇ ਪੰਜਾਬ ਦੇ ਵਿੱਚ ਸਪੈਸ਼ਲਿਟੀ ਕੀ ਹੈ, ਸਾਡਾ ਟ੍ਰ੡ਡੀਸ਼ਨਲ ਫੂਡ ਕੀ ਹੈ? ਬਿਲਕੁਲ, ਪਰੌਂਠੇ ਹੋ ਗਏ, ਹੈ ਨਾ। ਮੈਂ ਨਹੀਂ ਕਹਿੰਦਾ ਚਾਰ ਚਾਰ ਪਰੌਂਠੇ ਖਾਓ, ਬਿਲਕੁਲ ਘੱਟ ਖਾਓ, ਜਿੰਨਾ ਭੁੱਖਾ ਜਿੰਨਾ ਖਾਓ, ਬਟ ਤੁਸੀਂ ਇਹ ਨਾ ਕਰੋ ਕਿ ਤੁਸੀਂ ਡਿਲੀਟ ਹੀ ਕਰ ਦਿੱਤਾ। ਬਿਲਕੁਲ, ਯੂ ਆਰ ਫੋਲੋਇੰਗ ਅਮੈਰੀਕਨ ਬ੍ਰੇਕਫਾਸਟ ਐਂਡ ਆਲ ਦੈਟ, ਹੈ ਸਭ ਸ਼ਿਟ ਸੇਮ ਹੀ ਹੈ ਜੀ, ਬਟ ਤੁਹਾਨੂੰ ਕਿੰਨਾ ਖਾਣਾ, ਕਦੋਂ ਖਾਣਾ ਅਤੇ ਕਿਵੇਂ ਖਾਣਾ ਇਹ ਪਤਾ ਹੋਣਾ ਚਾਹੀਦਾ। ਬਾਕੀ
ਫਿਟਨੈਸ ਜਿਹੜੀ ਆ ਉਹ ਮੈਂਟਲੀ ਦਿਮਾਗ ਔਰ ਫਿਜ਼ੀਕਲੀ ਹੋਣੀ ਬਹੁਤ ਜ਼ਰੂਰੀ ਆ। ਬਾਕੀ ਆ ਜਿਹੜੇ ਆਹ ਸੀਨ ਚੱਲਦਾ ਫਿਰਦਾ ਨਾ ਪਤਲੇ ਪਤਲੇ ਹੋਣ ਦਾ, ਉਹਦੇ ਨਾਲ ਆਲਰੇਡੀ ਦੁਨੀਆ ਔਰ ਫਰਸਟ੍ਰੇਟਿਡ ਔਰ ਡਿਪਰੈਸਡ ਹੋ ਰਹੀ ਹੈ ਜੀ, ਔਰ ਮੇਰੇ ਕੋਲ ਰੋਜ਼ ਕੇਸ ਆ ਰਿਹਾ, ਮੈਂ ਕਾਉਂਸਲਿੰਗ ਵੀ ਕਰ ਰਿਹਾ ਆਪਣੀ ਟੀਮ ਦੇ ਨਾਲ। ਤੁਹਾਡੀ ਫਿਟਨੈਸ ਦਾ ਕੀ ਰਾਜ਼ ਹੈ, ਕੀ ਡਾਈਟ ਫੋਲੋ ਕਰਦੇ ਹੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਰੂਟੀਨ ਕੀ ਰਹਿੰਦੀ ਹੈ? ਦੇਖੋ ਜੀ, ਮੈਂ ਐਵੇਂ ਕਹਾਂ ਤੁਹਾਨੂੰ, ਡਾਇਟ ਵੀਟ ਤਾਂ ਕੋਈ ਫੋਲੋ ਨਹੀਂ ਕਰਦਾ, ਮੇਰਾ ਜੋ ਦਿਲ ਮੈਂ ਕਰਦਾ ਮੈਂ ਉਹ ਕਰਦਾ ਜੀ, ਜੋ ਦਿਲ ਕਹਿੰਦਾ ਖਾਣਾ, ਬਟ ਮੈਂ ਆਪਣੇ ਹੋਸ਼ ਹਵਾ 'ਚ ਖਾਂਦਾ ਜੀ। ਕਿ ਜੇ ਮੈਂ ਸਪੋਜ਼ ਕਰ ਲਓ ਆਈਸਕ੍ਰੀਮ ਖਾਣੀ ਹੈ ਤਾਂ ਮੈਨੂੰ ਲੱਗਦਾ ਕਿ ਮੈਂ ਇੱਕ ਸਕੂਪ ਮੁਨਾਫਾ ਮੇਰੇ ਲਈ ਡੈਟਸ ਓਕੇ ਜੀ। ਜੇ ਮੈਨੂੰ ਲੱਗਦਾ ਕਿ ਰਾਤੀ ਯਾਰ ਖਾਣਾ ਲੇਟ ਹੋ ਗਿਆ ਸੀ 10 ਵਜੇ, ਸੋ ਸਵੇਰੇ ਬ੍ਰੇਕਫਾਸਟ ਟਾਈਮ ਦਾ ਭੁੱਖ ਨਹੀਂ ਹੈ ਤਾਂ ਡੋਂਟ ਗੋ ਫੋਰ ਬ੍ਰੇਕਫਾਸਟ ਜੀ। ਜ਼ਰੂਰੀ ਨਹੀਂ ਹੈ ਕਿ ਬ੍ਰੇਕਫਾਸਟ ਇੱਕ ਲਿਖਿਆ ਤਾਂ ਕਰਨਾ ਹੀ ਕਰਨਾ, ਲੰਚ ਕਰਨਾ ਹੀ ਕਰਨਾ, ਸੋ ਯੂ ਡੋਂਟ ਨੀਡ ਐਵਰੀ ਟਾਈਮ, ਜਦੋਂ ਤੁਹਾਨੂੰ ਭੁੱਖ ਲੱਗਦੀ ਖਾ ਲਓ, ਵਧੀਆ ਖਾ ਲਓ ਜੀ। ਤੁਹਾਨੂੰ ਲੱਗਦਾ ਕਿਤੇ ਵੱਧ ਘੱਟ ਹੋ ਗਿਆ ਤਾਂ ਉਸ ਹਿਸਾਬ ਨਾਲ ਆਪੇ ਖੁਦ ਬੈਲੈਂਸ ਕਰ ਲਓ ਜੀ। ਬਾਕੀ ਕੋਈ ਇਹ ਤਕੀਆ ਕਲਾਮ ਨਹੀਂ ਹੈਗਾ ਕਿ ਇੱਦਾਂ ਇੱਦਾਂ ਕਰੋ ਇੱਦਾਂ ਇੱਦਾਂ ਕਰੋ, ਕਿਉਂਕਿ ਮਾਰਕੀਟ 'ਚ ਪ੍ਰੋਡਕਟਸ ਬਹੁਤ ਹੈਗੇ ਆ ਫਿਟਨੈਸ ਨੂੰ ਲੈ ਕੇ, ਅੱਜ ਕੱਲ੍ਹ ਬਿਜ਼ਨਸ ਹੌਟ ਹੈ ਜੀ, ਐਵਰੀਬਡੀ ਇਜ਼ ਮੇਕਿੰਗ ਮਤਲਬ ਫੂਲ ਬਣਾ ਰਿਹਾ ਲੋਕਾਂ ਨੂੰ, ਚਾਹੇ ਉਹ ਡਾਇਟ ਵੇਚ ਰਿਹਾ ਚਾਹੇ ਫਿਟਨੈਸ ਵੇਚ ਰਿਹਾ। ਸੋ ਮੇਰਾ ਤਾਂ ਕੰਮ ਇਹੀ ਆ ਕਿ ਤੁਸੀਂ ਸ਼ਾਂਤੀਪੂਰਵਕ ਰਹੋ, ਖੁਸ਼ ਰਹੋ, ਨਜ਼ਾਰੇ ਲਓ, ਰੱਬ ਦਾ ਸ਼ੁਕਰ ਕਰੋ। ਬਲਸ ਅਕਸਰ ਤੁਸੀਂ ਗੱਲ ਸ਼ੇਅਰ ਕਰਦੇ ਹੋ ਕਿ ਰਿਜੈਕਸ਼ਨਸ ਦਾ ਸਾਹਮਣਾ ਬੜਾ ਕਰਨਾ ਪਿਆ ਤੁਹਾਨੂੰ ਜ਼ਿੰਦਗੀ ਦੇ ਵਿੱਚ, ਉਹ ਕਿਹੜੀਆਂ ਰਿਜੈਕਸ਼ਨਸ ਨੇ ਇੱਦਾਂ ਦੀਆਂ ਜਿਹੜੀਆਂ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਰਿਜੈਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ, ਕਾਰਨ ਕੀ ਰਿਹਾ ਅਤੇ ਕਿਹੜੀਆਂ ਰਿਜੈਕਸ਼ਨ ਸੀਗੀਆਂ? ਮੈਂ ਇਕੱਲੇ ਥੋੜ੍ਹੀ ਰਿਜੈਕਸ਼ਨਸ ਫੇਸ ਕਰਦਾ, ਹਰ ਕੋਈ ਬੰਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਆਪਣੀ ਲਾਈਫ ਦੇ ਵਿੱਚ ਆਪਣੇ ਤਰੀਕੇ ਦੀਆਂ ਰਿਜੈਕਸ਼ਨਸ ਫੇਸ ਕਰਦਾ ਹੀ ਹੈ ਜੀ, ਪਰ ਜ਼ਰੂਰੀ ਵੀ ਹੁੰਦੀਆਂ ਜ਼ਿੰਦਗੀ ਜੀ। ਉਸ ਸਮੇਂ ਲੱਗਦਾ ਹੁੰਦਾ ਕਿ ਯਾਰ ਮਿਰਨਾ ਹੀ ਕਿਉਂ ਹੋ ਰਿਹਾ, ਬਿਲਕੁਲ ਜੋ ਮੈਂ ਰਿਲਾਈਜ਼ ਕੀਤਾ, ਐਂ ਲੱਗਦਾ ਯਾਰ ਮਿਰਨਾ ਹੀ ਕਿਉਂ ਨਹੀਂ ਹੋ ਰਿਹਾ, ਮੈਂ ਟਰਾਈ ਕਰ ਰਿਹਾ, ਪਰ ਉਹ ਤੁਹਾਡੀ ਕਿਤੇ ਕਿਤੇ ਜਿੱਦ ਹੁੰਦੀ ਹੈ ਜੀ, ਤਾਂ ਕਿਤੇ ਨਾ ਕਿਤੇ ਤੁਹਾਡਾ ਇਮਤਿਹਾਨ ਵੀ ਹੁੰਦਾ ਜੀ। ਤਾਂ ਪਰਮਾਤਮਾ ਨੇ ਆਪਣੇ ਕਰਮ ਵੀ ਕਰਾਉਣੇ ਹੁੰਦੇ ਆ ਨਾ, ਬਿਲਕੁਲ ਆਪਾਂ ਪ੍ਰੇਅਰ ਕਰਦੇ ਹਾਂ, ਤੁਸੀਂ ਪ੍ਰੇਅਰ ਕਰਦੇ ਹੋ ਕਿ ਪਰਮਾਤਮਾ ਮੇਰਾ ਆਹ ਕੰਮ ਕਰਨੀ ਜੀ, ਹੋ ਸਕਦਾ ਮੈਨੂੰ ਐਂ ਲੱਗਦਾ ਉਸ ਸਮੇਂ ਸ਼ਾਇਦ ਮੇਰੇ ਥਰੂ ਪਰਮਾਤਮਾ ਅਗਲੇ ਦੀ ਪ੍ਰੇਅਰ ਪੂਰੀ ਕਰ ਰਿਹਾ ਹੋਵੇ, ਬਿਲਕੁਲ, ਤਾਂ ਫਿਰ ਉਹ ਰਿਵਾਰਡ ਵੀ ਦੇ ਦਿੰਦਾ। ਸੋ ਫਾਈਨਲੀ ਮਾਪੇ ਦਾ ਸ਼ੁਕਰ ਹੈ, ਮੈਨੂੰ ਰਿਵਾਰਡ ਜ਼ਰੂਰ ਮਿਲ ਜਾਂਦੇ ਆ, ਪਰ ਸਮਾਂ ਲੱਗ ਜਾਂਦਾ ਜੀ। ਸੋ ਬਲਰਾਜ, ਪੰਜਾਬੀ ਨੂੰ ਬੜਾ ਪ੍ਰਮੋਟ ਕਰਦੇ ਹੋ, ਦੇਖਿਆ ਜਾਂਦਾ ਜਿੱਥੇ ਵੀ ਤੁਹਾਡੀਆਂ ਵੀਡੀਓਜ਼ ਨੂੰ, ਬੇਬਾਕ ਹੋ ਕੇ ਪੰਜਾਬੀ ਬੋਲਦੇ ਹੋ, ਮੋਸਟਲੀ ਲੋਕ ਸੋਚਦੇ ਕਿ ਆਪਾਂ ਇੰਗਲਿਸ਼, ਹਿੰਦੀ ਜਾਂ ਕੋਈ ਹੋਰ ਲੈਂਗੁਏਜ ਵੀ ਯੂਜ਼ ਕਰ ਲਈਏ, ਤੁਸੀਂ ਪੰਜਾਬੀ ਦੇ ਵਿੱਚ ਹੀ ਬੋਲਦੇ ਹੋ, ਕੀ ਸਪੈਸੀਫਿਕ ਕਾਰਨ ਹੈ ਇਹਦਾ? ਕੋਈ ਸਪੈਸੀਫਿਕ, ਵੈਸੇ ਤਾਂ ਮੈਂ ਵੈਲ ਐਜੂਕੇਟਡ ਹੈਗਾ, ਈਵਨ ਦੈਨ ਜਦੋਂ ਕਿਤੇ ਇੰਟਰਨੈਸ਼ਨਲ ਜਾਂਦਾ ਤਾਂ ਉਦੋਂ ਆਪਾਂ ਇੰਗਲਿਸ਼ ਗੱਲ ਕਰਦੇ ਹਾਂ, ਬਿਲਕੁਲ ਬਣਦੀ ਵੀ ਹੈ, ਬਿਲਕੁਲ, ਬਟ ਜੇ ਕਿਸੇ ਬੰਦੇ ਨੂੰ ਹੁਣ ਇੰਗਲਿਸ਼ ਉੱਥੇ ਪੰਜਾਬੀ ਬੋਲਾਂਗੇ ਤਾਂ ਕਈ ਅੰਡਰਸਟੈਂਡ ਨਹੀਂ ਕਰ ਪਾਉਂਦਾ, ਉੱਥੇ ਇੰਗਲਿਸ਼ ਵੀ ਕਰਦੇ, ਬਿਲਕੁਲ। ਮੈਂ ਖਾਸਮ ਖਾਸ ਪੰਜਾਬ ਦੇ ਵਿੱਚ ਉਹ ਜਿਹੜੀ ਇੱਕ ਠੇਠ ਪੰਜਾਬੀ ਹੈ ਨਾ, ਉਹਨਾਂ ਮੇਰਾ ਅਥਾਹ ਪਿਆਰ ਆ, ਕਿਤੇ ਮੈਂ ਪੜ੍ਹੀ ਹੈ ਮਤਲਬ ਸਕੂਲ 'ਚ ਸਾਰੇ ਕੋਈ ਪੜ੍ਹਦਾ ਨਾ, ਅਤੇ ਅੱਜ ਕੱਲ੍ਹ ਜਵਾਕ ਜਿਹੜੇ ਹੈਗੇ ਆ ਉਹ ਗਰੇਜ਼ ਕਰਦੇ ਆ ਪੰਜਾਬੀ ਬੋਲਣ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅੰਗਰੇਜ਼ੀ ਦਾ ਔਖਾ ਕੰਮ ਉਹਨਾਂ ਦਾ ਹੱਥ ਤੰਗ ਆ, ਤਾਂ ਹੀ ਸਾਰਾ ਪੰਜਾਬ ਆਇਲਸ ਚੱਕਰ 'ਚ ਪਿਆ, ਬਿਲਕੁਲ, ਹੈ ਨਾ। ਆਇਲਸ ਮੀਨਸ ਕਿ ਆਇਲਸ ਦਾ ਤਕੀਆ ਕਲਾਮ ਬਣਾਇਆ, ਪਹਿਲਾਂ ਹੁੰਦੀਆਂ ਸੀ ਪੜ੍ਹਾਈਆਂ ਕਿ ਬੰਦਾ ਗ੍ਰੈਜੂਏਟ ਆ ਅਤੇ ਕਿਸੇ ਕੋਰਸ ਲਈ ਜੋਬ ਲਈ ਪੜ੍ਹ ਰਿਹਾ, ਹੁਣ ਤਾਂ ਬਸ 12ਵੀਂ ਦੇ ਬਾਅਦ ਮਾਂ ਪਿਓ ਨੂੰ ਪੁੱਛ ਲਓ ਆਇਲਸ ਆਇਲਸ ਆਇਲਸ, ਉਹਨਾਂ ਨੇ ਡਿਗਰੀ ਬਣਾ ਛੱਡੀ ਹੈ, ਜਦਕਿ ਇਟਸ ਇੱਕ ਲੈਂਗੁਏਜ ਟੈਸਟਿੰਗ ਸਿਸਟਮ ਹੈਗਾ, ਉਹ ਕੋਈ ਡਿਗਰੀ ਨਹੀਂ ਹੈਗੀ, ਬਿਲਕੁਲ, ਪਰ ਉਹ ਬਸ ਉਹ ਬੈਂਡਾਂ 'ਤੇ ਸਾਰਾ ਇੱਕ ਮਾਨਸਿਕ ਸੈੱਟ ਕੀਤਾ ਹੋਇਆ ਜਿਹੜਾ ਕਿ ਬਹੁਤ ਬੇਫਜ਼ੂਲ ਹੈ ਜੀ। ਜੇ ਮੈਂ ਦੱਸ ਦਵਾਂ ਤੁਹਾਨੂੰ ਕਿ ਪੜ੍ਹੇ ਲਿਖੇ ਨਹੀਂ ਹੈਗੇ ਜੇ ਅੰਗਰੇਜ਼ੀ 6-7 ਬੈਂਡ ਵੀ ਲੈ ਲੈਣ ਜੀ, ਉਹ ਇੱਕ ਲੈਂਗੁਏਜ ਦਾ ਟੈਸਟ ਹੈ, ਅਤੇ ਲੈਂਗੁਏਜ ਅਲੱਗ ਚੀਜ਼ ਆ, ਥੋਟ ਪ੍ਰੋਸੈਸ ਅਲੱਗ ਚੀਜ਼ ਆ, ਮਾਇੰਡ ਸੈੱਟ ਅਲੱਗ ਚੀਜ਼ ਆ, ਬਿਲਕੁਲ, ਜਿਹੜਾ ਥੋਟ ਪ੍ਰੋਸੈਸ ਆ ਉਹ ਮਾਇੰਡ ਸੈੱਟ ਆ, ਉਹ ਤੁਹਾਨੂੰ ਲਾਈਫ ਐਕਸਪੀਰੀਅੰਸ ਕਰਕੇ, ਕਿਤਾਬਾਂ ਪੜ੍ਹ ਕੇ, ਐਡੀਸ਼ਨਲ ਬੁੱਕਸ ਪੜ੍ਹ ਕੇ ਆਉਂਦਾ ਜੀ, ਨਾ ਕਿ ਚਵਰ ਚਵਰ ਅੰਗਰੇਜ਼ੀ ਬੋਲਣ ਕਰਕੇ ਆਉਂਦਾ, ਬਿਲਕੁਲ। ਸੋ ਇਸ ਕਰਕੇ ਮੈਂ ਪੰਜਾਬੀ ਇਸ ਲਈ ਬੋਲਦਾ ਕਿ ਜਿਹੜੇ ਵੀ 4 ਬੰਦੇ ਮੈਨੂੰ ਪਸੰਦ ਕਰਦੇ ਹੋਣਗੇ,
ਉਹਨਾਂ ਲੱਗੂਗਾ ਵੀ ਯਾਰ ਜੇ ਬਲਰਾਜ ਇੱਦਾਂ ਠੋਕੇ ਹਿੱਕ ਡੰਕੜੀ ਚੂੜਦੇ ਪੰਜਾਬੀ ਦੀ ਗੱਲ ਕਰ ਸਕਦਾ ਸਾਨੂੰ ਕਿਹੜੇ ਕੁੱਤੇ ਵੱਢਿਆ। ਬਿਲਕੁਲ, ਪਰ ਇਹ ਬੋਲੀ ਦੇ ਵਿੱਚ ਹੀ ਮੁਹੱਬਤ ਹੈ ਜੀ। ਪੰਜਾਬੀ 'ਚ ਠੇਠ ਮਾਝੇ ਤੋਂ ਬਿਲੋਂਗ ਕਰਦਾ ਮੈਂ ਜੀ, ਤੇ ਮਾਝੇ ਵਾਲੇ ਸਾਡੇ ਕੂਣੀ ਬੜੀ ਮਾਰੀ ਕਹਿੰਦੇ ਜੀ। ਬੇਸਿਕਲੀ ਇੱਕ ਰੂਪ ਜਿਹੜਾ ਨਾ ਤੁਹਾਡਾ ਅਕਸ਼ਰ ਉਹ ਸਾਹਮਣੇ ਆਉਂਦਾ, ਇਸ ਕਰਕੇ ਮੈਂ ਠੋਕ ਕੇ ਪੰਜਾਬੀ 'ਚ ਗੱਲ ਕਰਦਾ। ਅਗਲਾ ਬੰਦਾ ਭਾਵੇਂ ਮੈਨੂੰ ਅਨਪੜ੍ਹ ਕਵੇ, ਮੈਨੂੰ ਆਈ ਡੋਂਟ ਕੇਅਰ। ਲਾਜ਼ੀਜ਼ ਵੀ ਕਰ ਰਹੇ ਹੋ ਕਿ ਪੰਜਾਬੀ 'ਚ ਹੀ ਹੈ ਤੁਹਾਡੀ ਨਾ? ਹਾਂ, ਲਾਜ਼ੀਜ਼ ਵੀ ਪੰਜਾਬੀ ਵੈਬ ਸੀਰੀਜ਼ ਹੈ ਜੀ, ਤੋਂ ਵਧੀਆ। ਉਹਦੇ ਵਿੱਚ ਵੀ ਮੈਂ ਆਪਣੇ ਉਸ ਕਹਿ ਲਓ ਕਿ ਬਚਪਨ ਦੀਆਂ ਗੱਲਾਂ ਤਰੋ ਤਾਜ਼ਾ ਕੀਤੀਆਂ ਹੋਈਆਂ ਪੰਜਾਬੀ 'ਚ ਗੱਲ ਕਰਕੇ, ਸੋ ਬਿਊਟੀਫੁੱਲ ਆ, ਮਜ਼ਾ ਆਏਗਾ। ਸੋ ਹੁਣ ਆਇਲਸ ਦੀ ਤੁਸੀਂ ਗੱਲ ਕੀਤੀ, ਬਹੁਤ ਸਾਰੇ ਨੌਜਵਾਨ ਨੇ ਜੋ ਕਿ ਸਟੱਡੀ ਕੰਪਲੀਟ ਕਰਕੇ ਆਇਲਸ ਕਰਕੇ ਬਾਹਰ ਜਾਣ ਦੇ ਚੱਕਰ ਵਿੱਚ ਹੀ ਹੈ, ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਕਿਉਂਕਿ ਸਾਰਾ ਪੰਜਾਬ ਜੇ ਬਾਹਰ ਹੀ ਤੁਰ ਜਾਊਗਾ ਤਾਂ ਇੱਥੇ ਕੌਣ ਰਹਿ ਜਾਊਗਾ? ਕੋਈ ਫਰਕ ਨਹੀਂ ਪੈਂਦਾ ਪੰਜਾਬ ਨੂੰ, ਸਿਕੰਦਰ ਵਰਗੇ ਆ ਗਏ ਆ ਜੀ, ਚਲ ਗਏ ਆ, ਲੁੱਟ ਕੇ ਲੈ ਗਏ ਆ, ਰਹਿ ਗਏ ਆ, ਉਹ ਮਾਲਕ ਵੀ ਤਾਂ ਹੈ ਨਾ ਕੋਈ ਜੀ। ਬਾਕੀ ਜਿੱਥੇ ਮੈਂ ਤਾਂ ਇਹੀ ਕਹੂੰਗਾ, ਜਿੱਥੇ ਕਿਤੇ ਰੋਟੀ ਪਾਣੀ ਚੰਗਾ ਚੱਲਦਾ ਚਲਾਓ ਭਾਈ, ਉਹ ਪੰਜਾਬ ਹੋਵੇ, ਉਹ ਕੈਨੇਡਾ ਹੋਵੇ, ਉਹ ਬੰਬੇ ਹੋਵੇ, ਉਹ ਰਾਏਪੁਰ ਹੋਵੇ ਜੀ, ਉਹ ਦਿੱਲੀ ਹੋਵੇ, ਉਹ ਦੱਖਣ ਹੋਵੇ, ਜਿੱਥੇ ਤੁਹਾਨੂੰ 4 ਪੈਸੇ ਕਮਾਉਣ ਨੂੰ ਮਿਲਦੇ ਆ ਕਮਾਓ, ਉਹੀ ਸਭ ਤੋਂ ਵੱਡਾ ਦੇਸ਼ ਧਰਮ ਆ ਤੁਹਾਡਾ ਜੇ ਤੁਸੀਂ ਆਪਣਾ ਕਰਮ ਕਰ ਰਹੇ। ਮੈਂ ਖਿਲਾਫ਼ ਨਹੀਂ ਹੈਗਾ ਬਾਹਰ ਜਾਣ ਦੇ, ਬਾਕੀ ਜੇ ਜਾਂਦੇ ਤਾਂ ਜਾਓ, ਕੋਈ ਰੌਲਾ ਨਹੀਂ। ਪਰ ਜੇ ਤੁਸੀਂ ਔਖੇ ਹੋ ਕੇ ਜਾ ਰਹੇ ਹੋ, ਕਰਜ਼ੇ ਚੁੱਕ ਚੁੱਕ ਜਾ ਰਹੇ ਹੋ, ਲੋਕਾਂ ਨੂੰ ਮਾਸੀਆਂ ਮਾਮਿਆਂ ਨੂੰ ਦਿਖਾਉਣ ਲਈ ਜਾ ਰਹੇ ਹੋ ਕਿ ਸਾਡਾ ਮੁੰਡਾ ਕੈਨੇਡਾ ਚੱਲ ਗਿਆ, ਫਿਰ ਫਿੱਟੇ ਮੂੰਹ ਆ ਤੁਹਾਡੇ ਜੀ। ਸੋ ਪੰਜਾਬੀ ਇੰਡਸਟਰੀ ਦੀ ਬਲਰਾਜ ਗੱਲ ਕਰ ਲਈਏ, ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਕੱਲ੍ਹ ਫੋਕੀ ਸ਼ੋਹਰਤ ਬੜੀ ਵੇਖਣ ਨੂੰ ਮਿਲ ਰਹੀ ਹੈ। ਸੋ ਬੜੇ ਲੋਕ ਨੇ ਜੋ ਕਿ ਚਾਉ ਚਾਈ ਆਉਂਦੇ ਨੇ ਕਿ ਅਸੀਂ ਮਾਡਲ ਬਣੀਏ, ਜਾਂ ਤਾਂ ਅੱਗੇ ਉਹਨਾਂ ਨੂੰ ਸਹੀ ਗਾਈਡ ਨਹੀਂ ਮਿਲਦਾ, ਅਤੇ ਜਾਂ ਫਿਰ ਅੱਗੋਂ ਆਪਣੇ ਕਰੀਅਰ 'ਚ ਕਿਤੇ ਗੋਮੀ ਹੋ ਜਾਂਦੇ, ਅਤੇ ਜਾਂ ਪੈਸਾ ਦੇ ਕੇ ਆਪਣੇ ਆਪ ਨੂੰ ਪ੍ਰਮੋਟ ਕਰਦੇ ਨੇ। ਸੋ ਕੀ ਸਮਝਦੇ ਹੋ ਇੱਦਾਂ ਦੀਆਂ ਚੀਜ਼ਾਂ ਨੂੰ, ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਦੇ ਹਾਲਾਤ ਪੈਦਾ ਹੋਣਗੇ ਪੰਜਾਬੀ ਇੰਡਸਟਰੀ ਨੂੰ? ਪੰਜਾਬੀ ਇੰਡਸਟਰੀ ਦੇ ਹੁਣ ਟੌਪਿਕ ਤੁਸੀਂ ਮਿਕਸ ਕਰਦੇ ਆ, ਪੰਜਾਬੀ ਇੰਡਸਟਰੀ 'ਚ ਤੁਸੀਂ ਗੱਲ ਕਰੋ, ਕੋਈ ਵੀ ਇੰਡਸਟਰੀ ਹੈ, ਇੰਟਰਟੇਨਮੈਂਟ ਇੰਡਸਟਰੀ ਹੈ, ਇੱਕੋ ਗੱਲ ਦੱਸ ਦਿੰਦਾ ਤੁਹਾਨੂੰ ਪੰਜਾਬੀ 'ਚ, ਨੋਟ ਕਰ ਲਿਓ, ਜੋ ਦੇਖਦਾ ਹੁੰਦਾ ਹੁੰਦਾ ਨਹੀਂ ਜਾਂਦਾ ਜੀ, ਠੀਕ ਹੈ ਨਾ, ਇਹ ਗੱਲ ਕਲੀਅਰ ਕਰ ਦਊ ਤੁਹਾਨੂੰ। ਬਾਕੀ ਮੇਨ ਗੱਲ ਇਹ ਹੈਗੀ ਹੈ ਕਿ ਸਾਨੂੰ ਇਲਿਊਜ਼ਨ 'ਚ ਰਹਿਣਾ ਬੜਾ ਪਸੰਦ ਆ, ਤਾਂ ਸਾਨੂੰ ਇਲਿਊਜ਼ਨ ਹੀ ਵੇਚਿਆ ਜਾਂਦਾ ਜੀ, ਇਲਿਊਜ਼ਨ 'ਚ ਅਸੀਂ ਖੁਸ਼ ਹਾਂ। ਜੇ ਮੰਨ ਲਓ ਤੁਹਾਨੂੰ ਮੈਂ ਕਹਿਤਾ ਤੁਸੀਂ ਬੜੇ ਸੋਹਣੇ ਲੱਗ ਰਹੇ, ਤੁਸੀਂ ਨਾਲ ਹੀ ਸਮਾਈਲ ਖਿੱਚ ਲੈਣਾ, ਬਿਲਕੁਲ ਬਿਲਕੁਲ। ਜੇ ਮੈਂ ਕਹਿਤਾ ਤੂੰ ਥੋੜ੍ਹਾ ਜਿਹਾ ਗੱਲ ਨਹੀਂ ਬਣੀ, ਨਾਲ ਹੀ ਤੁਸੀਂ ਅੰਦਰੋਂ ਗਾਲਾਂ ਕੱਢਣ ਲੱਗ ਪਏ, ਬਿਲਕੁਲ। ਸੋ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਕੋਈ ਕੀ ਕਹਿੰਦਾ, ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਸੋਹਣੇ ਹੋ, ਤੁਸੀਂ ਬੁਰੇ ਹੋ, ਤੁਸੀਂ ਚੰਗੇ ਹੋ ਜੀ, ਕਿਸੇ ਦੀ ਮਤਲਬ ਕਿ ਉਹ ਚਾਹੀਦੀ ਨਹੀਂ ਤੁਹਾਨੂੰ ਕੰਫਰਮੇਸ਼ਨ ਜੀ। ਜੇ ਤੁਹਾਡਾ ਉਹ ਐਟੀਟਿਊਡ ਆ ਮਨ 'ਚ, ਤਾਂ ਫਿਰ ਤਾਂ ਤੁਹਾਡੀ ਚੜ੍ਹਦੀ ਗਲਾ, ਫਿਰ ਨਹੀਂ ਕੋਈ ਪਰਵਾਹ ਜੀ। ਤਾਂ ਜੇ ਰਹਿਣਾ ਲੋਕਾਂ 'ਤੇ ਕਿ ਮੈਂ ਦਿਖਾ ਲਵਾਂ ਕਿ ਗੱਡੀ ਕਿਹੜੀ ਲੈਣੀ ਆ, ਮੋਟਰਸਾਈਕਲ ਕਿਹੜਾ ਲੈਣਾ ਵਾ, ਅਤੇ ਮੈਂ ਕੈਨੇਡਾ ਜਾਣਾ ਵਾ, ਮੇਰੀ ਮਾਸੀ ਦਾ ਮੁੰਡਾ ਕੈਨੇਡਾ ਚੱਲ ਗਿਆ ਵਾ, ਉਹਨੇ ਉੱਥੇ ਰੇਂਜ ਰੋਵਰ ਦੀ ਫੋਟੋ ਪਾਈ, ਉਹ ਅਮੀਰ ਹੋ ਗਿਆ, ਮਹਾਰਾਜ ਸਾਰੇ ਇੱਕੋ ਜਿਹੇ ਹੈ ਜੀ। ਇਹ ਵਹਿਮ ਹੈ, ਪਰ ਵਹਿਮ ਦਾ ਕੋਈ ਇਲਾਜ ਨਹੀਂ, ਕਿ ਚੰਗੇ ਰਾਈਟਰ ਨੇ ਕਿਹਾ ਕਿ ਪੀ ਜੀ ਆਈ ਤੋਂ ਇਲਾਜ ਵੀ ਨਹੀਂ ਹੁੰਦਾ। ਬਾਕੀ ਸਮਾਂ ਲੱਗਦਾ, ਸਾਨੂੰ ਇੰਸਟੈਂਟ ਹਰ ਚੀਜ਼ ਚਾਹੀਦੀ ਹੈ, ਉੱਥੇ ਥੋੜ੍ਹਾ ਜਿਹਾ ਫੋਕਸ ਕਰਨਾ ਚਾਹੀਦਾ। ਦੈਟਸ ਵਾਈ ਯੰਗਸਟਰ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਔਰ ਡਿਪਰੈਸ਼ਨ ਵੱਧ ਰਿਹਾ, ਸੁਸਾਈਡ ਇਸ ਲਈ ਹੋ ਰਿਹਾ ਕਿ ਵੀ ਨੀਡ ਇੰਸਟੈਂਟ ਥਿੰਗਸ। ਇੰਸਟੈਂਟ ਕਦੀ ਕੁਝ ਨਹੀਂ ਹੁੰਦਾ ਯਾਰ, ਜੇ ਨਿਆਣਾ ਵੀ ਜੰਮਣਾ ਹੋਵੇ ਉਹਨੂੰ 9 ਮਹੀਨੇ ਲੱਗਦੇ ਆ, ਤੁਸੀਂ 2 ਮਹੀਨੇ 'ਚ ਕਿੱਦਾਂ ਜਮਾ ਲਓਗੇ ਯਾਰ? ਬਿਲਕੁਲ ਬਿਲਕੁਲ, ਕੁਦਰਤ ਵੀ ਕੋਈ ਚੀਜ਼ ਆ ਨਾ। ਸੋ 20 ਦੀ ਗੱਲ ਕਰ ਲਈਏ, ਬਹੁਤ ਸਾਰੇ ਇਹੋ ਜਿਹੇ ਸੈਲੀਬ੍ਰਿਟੀਜ਼ ਨੇ ਉਹਨਾਂ ਵੱਲੋਂ ਸੁਸਾਈਡ ਕੀਤਾ ਗਿਆ, ਯੰਗਸਟਰ ਇੰਨੇ ਨੇ 17 ਸਾਲ ਦੀਆਂ ਕੁੜੀਆਂ ਸੁਸਾਈਡ ਕਰ ਰਹੀਆਂ ਨੇ, ਕੀ ਕਾਰਨ ਕੀ ਮੰਨਦੇ ਹੋ ਇਹਨਾਂ ਦਾ ਤੁਸੀਂ? ਬ੍ਰੇਨ ਹਿਪਨੋਟਾਈਜ਼ਡ, ਜਿਸ ਚੀਜ਼ 'ਚ ਵੀ ਬੰਦਾ ਬੜਿਆ ਰਹਿੰਦਾ ਉਹਦਾ ਦਿਮਾਗ ਉੱਦਾਂ ਦਾ ਹੋ ਜਾਂਦਾ। ਬਿਲਕੁਲ, ਜੇ ਸਪੋਜ਼ ਕਰ ਲਓ ਕੋਈ ਯੰਗਸਟਰ ਕੁੜੀ 17 ਸਾਲ ਦੀ ਨੇ ਸੁਸਾਈਡ ਕੀਤਾ, ਤਾਂ ਸ਼ੀ ਮਸਟ ਵੀ ਮਤਲਬ ਕਿ ਉਸ ਚੀਜ਼ ਦਾ ਸ਼ਿਕਾਰ ਹੋਈ ਹੈ ਜੀ, ਕਿ ਉਹਨੇ ਆਪਣੇ ਦੋਸਤ ਬਣਾਏ ਆ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜੀ ਇੰਨਾ ਗੁੱਸਾ ਚੜ੍ਹਦਾ ਕਿਸੇ ਵੇਲੇ ਨਾ, ਕਿ ਤੁਸੀਂ ਗੁਰਦੁਆਰੇ ਮੰਦਰ ਮਸਜਿਦ ਵੀ ਜਾਂਦੇ ਹੋ, ਉੱਥੇ ਵੀ ਸੈਲਫੀਆਂ ਖਿੱਚ ਰਹੇ ਹੋ ਜੀ, ਉਹ ਤੁਹਾਨੂੰ ਰੀਅਲ ਲਾਈਫ ਜੀਣ ਦਾ ਕੋਈ ਸਵਾਦ ਨਹੀਂ ਆਉਂਦਾ ਜੀ। ਜ਼ਰੂਰੀ ਹੈ ਕਿ ਤੁਸੀਂ ਮਤਲਬ ਕਿ ਫੋਟੋਆਂ ਖਿੱਚ ਕੇ ਪਾਉਣੀਆਂ ਹੀ ਪਾਉਣੀਆਂ, ਲੋਕਾਂ ਨੂੰ ਦੱਸਣਾ ਕਿ
ਅਸੀਂ ਇੱਥੇ ਆਏ ਯਾਰ, ਆਪਣੀਆਂ ਇਸ ਕੈਮਰੇਜ਼ ਨਾਲ ਆਈਸ ਨਾਲ ਕੈਪਚਰ ਥਿੰਗਸ ਕਰੋ ਜੀ, ਐਂਡ ਕੈਪਚਰਿੰਗ ਹੁੰਦਾ ਕਿ ਤੁਸੀਂ ਕੈਪਚਰ ਕਰਦੇ ਹੋ ਨਾ, ਬਿਲਕੁਲ ਕੈਪਚਰ, ਕੈਪਚਰਿੰਗ ਕੇ ਮੂਮੈਂਟ ਜਿੱਦਾਂ ਨਹੀਂ ਹੈਗੀ ਉਹਨੂੰ ਕੈਪਚਰ ਕਰੋ ਜੀ, ਬਟ ਪੀਪਲ ਆਰ ਕ੍ਰੀਏਟਿੰਗ ਮੂਮੈਂਟਸ, ਬਿਲਕੁਲ ਮੈਂ ਇੱਦਾਂ ਕਰਦਾ ਤੂੰ ਇੱਦਾਂ ਫੋਟੋ ਖਿੱਚੀ, ਸੋ ਇਹ ਨਕਲੀਪਨ ਬਹੁਤ ਆ, ਬਿਲਕੁਲ, ਔਰ ਇਹਦੇ ਵਿੱਚ ਹਰ ਦੂਜਾ ਬੰਦਾ ਫਸਿਆ ਤਾਂ ਹਰ ਦੂਜਾ ਬੰਦਾ ਬਹੁਤ ਔਖਾ ਜੀ। ਸੋ ਜੇਕਰ ਓ ਟੀ ਟੀ ਪਲੇਟਫਾਰਮਸ ਦੀ ਗੱਲ ਕਰੀਏ ਬਲਰਾਜ, ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਸੁਸਾਇਟੀ ਨੂੰ ਖਰਾਬ ਕਰਨ ਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ, ਕਿਉਂਕਿ ਕਈ ਓ ਟੀ ਟੀ ਪਲੇਟਫਾਰਮਸ ਇੱਦਾਂ ਦੇ ਨੇ ਜਿਨ੍ਹਾਂ 'ਤੇ ਵਲਗੈਰਿਟੀ ਵਾਲਾ ਕੰਟੈਂਟ ਦਿਖਾਇਆ ਜਾਂਦਾ, ਸ਼ਰਿਆਂ ਮੀ ਨੰਗਾ ਪਨ ਜਿਹਨੂੰ ਆਪਾਂ ਕਹਿ ਲਈਏ, ਉਹ ਜਿਹੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ। ਸੋ ਯੂਥ ਉੱਦਾਂ ਦੀਆਂ ਚੀਜ਼ਾਂ ਦੇਖ ਦੇਖ ਕੇ ਮਾਇੰਡ ਸੈੱਟ ਵੀ ਉੱਦਾਂ ਦਾ ਡਿਵੈਲਪ ਕਰ ਲੈਂਦਾ। ਇੱਕੋ ਹੀ ਗੱਲ ਕਹੂੰਗਾ ਮੈਂ, ਕੋਈ ਵੀ ਬੰਦਾ ਜੀ ਆਪਣੀ ਹੈਪੀਨੈਸ ਲਈ ਔਰ ਆਪਣੀ ਸੈਡਨੈਸ ਲਈ, ਆਪਣੇ ਚੰਗੇ ਲਈ ਆਪਣੇ ਬੁਰੇ ਲਈ, ਉਹ ਖੁਦ ਹੀ ਰਿਸਪੋਂਸੀਬਲ ਹੁੰਦਾ ਜੀ। ਜੇ ਕਹੋ ਤੁਸੀਂ ਕਿ ਓ ਟੀ ਟੀ ਪਲੇਟਫਾਰਮ ਜਾਂ ਤੁਹਾਡੇ ਗਾਣੇ ਜਾਂ ਤੁਹਾਡੀਆਂ ਫਿਲਮਾਂ ਤੁਹਾਨੂੰ ਖਰਾਬ ਕਰਦੀਆਂ, ਤਾਂ ਤੁਸੀਂ ਗਲਤ ਜੀ। ਉਹ ਆਪਣਾ ਕੰਮ ਕਰ, ਤੁਸੀਂ ਤੁਹਾਡਾ ਵੀ ਤਾਂ ਦਿਮਾਗ ਦਿੱਤਾ ਨਾ। ਪਰ ਕਿਤੇ ਨਾ ਕਿਤੇ, ਕਿਉਂਕਿ ਅੱਜ ਕੱਲ੍ਹ ਦੇ ਯੂਥ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਮੋਸਟਲੀ ਬਲਰਾਜ, ਲੋਕ ਫੋਲੋ ਕਰ ਰਹੇ ਨੇ ਸਿੰਗਰਸ ਨੂੰ, ਫੋਲੋ ਕਰ ਰਹੇ ਨੇ ਹਥਿਆਰਾਂ ਨੂੰ, ਜੇ ਗਾਣਿਆਂ 'ਚ ਪ੍ਰਮੋਟ ਕੀਤਾ ਜਾਂਦਾ ਤਾਂ ਇਟ ਮੀਨਸ ਲੋਕ ਮੰਨਦੇ ਨੇ, ਰੋਲ ਮਾਡਲ ਮੰਨਦੇ ਨੇ। ਅੱਜ ਕੱਲ੍ਹ ਦੇ ਯੰਗਸਟਰ ਗੁਰਦਾਸ ਮਾਨ ਨੂੰ, ਭਗਤ ਸਿੰਘ ਹੋਣਾ ਨੂੰ, ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰੋਲ ਮਾਡਲ ਨਹੀਂ ਮੰਨਦੇ। ਹੋਰ ਜਿੰਨੇ ਵੀ ਸ਼ਲਾਰੂਪੰਥੀ ਦਿਖਾਈ ਜਾਂਦੀ ਹੈ, ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ, ਲੋਕ ਉਹਨਾਂ ਨੂੰ ਮੰਨਦੇ ਨੇ। ਤੁਸੀਂ ਇੱਕ ਕੌਂਸਲਰ ਹੋ, ਸ਼ਾਇਦ ਤੁਸੀਂ ਇਸ ਗੱਲ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਸਮਝ ਸਕਦੇ ਹੋ। ਅਸਰ ਤਾਂ ਚੀਜ਼ਾਂ ਦਾ ਪੈਂਦਾ ਜੀ, ਉਹ ਕਹਿੰਦੇ ਨਾ ਇੱਕ ਇਕਨੋਮਿਕਲ ਵੀ ਹੈਗੀ, ਜਿਸ ਚੀਜ਼ ਦੀ ਡਿਮਾਂਡ ਹੋਵੇ ਨਾ ਸਪਲਾਈ ਵੀ ਉਸ ਚੀਜ਼ ਦੀ, ਬਿਲਕੁਲ ਹਨਾ। ਹੁਣ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣਨਾ, ਉਹ ਵੀ ਆਪਣੀ ਤਰ੍ਹਾਂ ਰਾਈਟ ਹੈ, ਬਿਲਕੁਲ। ਜਦੋਂ ਛੋਟੇ ਹੁੰਦੇ ਸੀ ਨਾ ਅਸੀਂ, ਸਾਨੂੰ ਪਾਠ ਸਿਖਾਇਆ ਜਾਂਦਾ ਸੀ ਜੀ, ਬਿਲਕੁਲ, ਕਿ ਤੁਸੀਂ ਪੁੱਤ ਪਾਠ ਸਿੱਖ ਲਓ। ਸਾਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਸੀ, ਜੁੜੇ ਹਾਂ, ਪਰਮਾਤਮਾ ਦਾ ਸ਼ੁਕਰ ਹੈ। ਅੱਜ ਦੀ ਡੇਟ ਦੇ ਵਿੱਚ ਜੋ ਚੱਲ ਰਿਹਾ ਇਲਿਊਜ਼ਨ 'ਚ ਜੀ, ਮਾਂ ਵੀ ਇਲਿਊਜ਼ਨ 'ਚ ਰਹਿਣਾ ਪਸੰਦ ਕਰਦੀ, ਪਿਓ ਵੀ, ਆਲਾ ਦੁਆਲਾ ਵੀ, ਅਤੇ ਬੱਚੇ ਵੀ ਓਬਵੀਅਸਲੀ ਰਹਿਣਗੇ ਨਾ, ਬੱਚਿਆਂ ਨੂੰ ਤੁਸੀਂ ਕਿੱਥੋਂ ਕੀ ਦੇ ਦੋਗੇ, ਬਿਲਕੁਲ। ਹੁਣ ਗੱਲ ਇਹ ਹੈਗੀ ਕਿ ਡਿਮਾਂਡ ਕੌਣ ਕਰ ਰਿਹਾ, ਅਸੀਂ ਲੋਕ ਕਰ ਰਹੇ ਹਾਂ ਜੀ, ਕਿਉਂਕਿ ਅਸੀਂ ਆਪਣੀ ਜੜ੍ਹਾਂ ਤੋਂ ਉਖੜ ਗਏ ਹਾਂ। ਅੱਜ ਤੁਸੀਂ 3 ਘੰਟੇ ਦੀ ਫਿਲਮ ਆਰਾਮ ਨਾਲ ਵੇਖ ਲਓਗੇ, ਬਟ ਜੇ ਤੁਹਾਨੂੰ 10 ਮਿੰਟ ਸਿਰਫ ਆਪਣੇ ਕਿਸੇ ਵੀ ਇਸ਼ਟ ਦੇਵਤਾ ਜਿਹਨੂੰ ਤੁਸੀਂ ਮੰਨਦੇ ਹੋ, ਉਹਦੀ ਪਾਠ ਪੂਜਾ ਵੀ ਕਰਨੀ ਹੋਵੇ, ਤੁਸੀਂ ਤਾਂ 10 ਮਿੰਟ ਵੀ ਨਹੀਂ ਕੱਢਦੇ, ਬਿਲਕੁਲ। ਸੋ ਜਦੋਂ ਬੰਦਾ ਲਾਈਫ 'ਚ ਇੰਬੈਲੈਂਸ ਹੁੰਦਾ ਵਾ, ਉਹ ਕਿਤੇ ਨਾ ਕਿਤੇ ਸ਼ਕਤੀ ਲੈਂਦਾ, ਬਿਲਕੁਲ। ਉਹ ਸ਼ਕਤੀ ਉਹਦੀ ਉਸ ਪਰਵਿਦਗਾਰ ਤੋਂ ਹੀ ਮਿਲਦੀ ਹੈ, ਪਰਮਾਤਮਾ ਤੋਂ, ਪ੍ਰੇਰਿਤ। ਤੁਹਾਨੂੰ ਪਤਾ ਅਰਦਾਸ ਹੀ ਸਭ ਤੋਂ ਵੱਡੀ ਇੱਕ ਸ਼ਕਤੀ ਆ, ਦਵਾਈ ਹੈ, ਬਿਲਕੁਲ। ਸੋ ਸਾਨੂੰ ਉਹ ਵੀ ਨਹੀਂ ਕਰਨੀ ਆਉਂਦੀ, ਤੁਹਾਨੂੰ ਪਾਠ ਪੂਜਾ ਹੀ ਨਹੀਂ ਆਉਂਦੀ ਜੀ। ਸੋ ਤੁਸੀਂ ਦੇਖੋ ਕਿ ਪਿਛਲੇ 10-15 ਸਾਲਾਂ ਦੇ ਵਿੱਚ ਕਿਸੇ ਜਵਾਕ ਨੂੰ ਪੁੱਛ ਲਓ ਕਿ ਸਭ ਤੋਂ ਵਧੀਆ ਕੀਰਤਨੀਆਂ ਗਾਉਣ ਆ, ਭਜਨ ਕੌਣ ਗਾਉਂਦਾ, ਉਹ ਨਹੀਂ ਪਤਾ, ਬਿਲਕੁਲ। ਅਸੀਂ ਜੇ ਸ਼ਬਦ ਰੱਟ ਆਪਣੇ ਗਾਣੇ ਰੱਟ ਸਕਦੇ ਹਾਂ, ਤਾਂ ਸ਼ਬਦ ਵੀ ਰੱਟ ਸਕਦੇ ਹਾਂ, ਬਟ ਸਾਡੀ ਪ੍ਰੋਬਲਮ ਇਹ ਆ। ਅਸੀਂ, ਮੈਂ ਸਿੰਗਰਾਂ ਨੂੰ ਵੀ ਗਲਤ ਨਹੀਂ ਕਹਿੰਦਾ, ਅਗਲੇ ਆਪਣੀ ਰੋਟੀ ਪਾਣੀ ਚਲਾਉਂਦੇ, ਮੈਂ ਉਹਨਾਂ ਦੀ ਪਾਬੰਦ ਕਰਾਂ। ਸਰ ਤੁਹਾਡਾ ਮਤਲਬ ਇਹ ਕਹਿਣਾ ਕਿ ਸੋਸਾਇਟੀ ਜਿਹੜੀ ਆ ਉਹ ਜ਼ਿਆਦਾ ਜ਼ਿੰਮੇਵਾਰ, ਸੋਸਾਇਟੀ ਇਹ ਨਹੀਂ, ਹੁਣ ਤੁਸੀਂ ਮੈਨੂੰ ਕਾਫੀ ਪਿਆਓਗੇ ਜੀ, ਤੇ ਕਹੇ ਕੌੜੀ ਹੈ ਤਾਂ ਮੈਂ ਕਹਾਂ ਨਾ ਕੌੜੀ ਹੈ, ਬਿਲਕੁਲ। ਇਹ ਥੋੜੀ ਹੈ ਕਿ ਮੈਨੂੰ ਤੁਸੀਂ ਪਿਆਈਏ ਤਾਂ ਮੈਂ ਪੀਣੀ, ਨਹੀਂ, ਬੜੀ ਸਵਾਦ ਆ, ਇਹਨੂੰ ਸਵਾਦ ਲੱਗ ਰਹੀ, ਮੈਨੂੰ ਲੱਗ ਰਹੀ ਹੋਣੀ, ਇਹ ਦਿਮਾਗ ਤੁਹਾਨੂੰ ਦਿੱਤਾ। 450-500 ਗ੍ਰਾਮ ਦਾ ਦਿਲ ਕੁੜੀਆਂ 'ਚ ਹੁੰਦਾ, 500 ਦਾ ਬੰਦੇ 'ਚ ਹੁੰਦਾ, 2 ਅੱਖਾਂ ਦਿੱਤੀਆਂ ਬਾਈ, ਪਲੀਜ਼ ਸੋਚੋ ਨਾ, ਹਰ ਚੀਜ਼ ਨੂੰ ਐਕਸਪੀਰੀਅੰਸ ਕਰੋ, ਅੰਨੇ ਵਾਹ ਨਾਲ ਫਾਲੋ ਕਰੋ। ਬਿਲਕੁਲ, ਆ ਜਵਾਕ ਅੱਜ ਕੱਲ੍ਹ ਦੇ ਸ਼ਲਹਿਰੂ ਜਿਹੜੇ ਹੈਗੇ ਆ, ਛੋਟੇ ਛੋਟੇ ਜਵਾਕ ਹੈ, ਉਹ ਮੈਂ ਵੇਖਿਆ ਅੱਜ ਸਵੇਰੇ ਇਹਦੇ ਮੁੰਡੇ ਨੇ ਸ਼ੋਲ ਜਿਹਾ ਪਾਇਆ ਕੁੜੀਆਂ ਵਾਲਾ ਗੱਲ 'ਚ, ਪੱਗ ਬੰਨੀ ਸੋਹਣੀ ਉਹਨੇ, ਪੱਗੜੀ ਤਾਂ ਮੈਂ ਪ੍ਰੇਜ਼ ਕਰਦਾ ਉਹਦੀ, ਬਿਲਕੁਲ। ਮੈਂ ਮਨ ਸੋਚਿਆ ਕਿ ਅਸਰ ਤਾਂ ਹੈ ਆ ਕਿਸੇ ਚੀਜ਼ ਦਾ ਨਾ ਜੀ, ਬਟ ਬਾਈ ਅਸਰ ਤੁਸੀਂ ਲੈਣਾ ਕਿ ਨਹੀਂ ਲੈਣਾ ਤੁਹਾਡੇ 'ਤੇ ਆ, ਬਿਲਕੁਲ। ਇਹ ਮੈਂ ਸੋਸਾਇਟੀ ਨੂੰ, ਮੈਂ ਤੁਹਾਨੂੰ ਵਾਪਸ ਕਹਿ ਰਿਹਾ ਕਿ ਹਰ ਬੰਦਾ ਆਪਣੇ ਚੰਗੇ ਮਾੜੇ ਦਾ ਆਪ ਰਿਸਪੋਂਸੀਬਲ, ਕੋਈ ਉਹਨੂੰ ਖਰਾਬ ਨਹੀਂ ਕਰਦਾ ਜੀ, ਠੀਕ ਹੈ ਨਾ। ਤਾਂ ਜੇ ਤੁਸੀਂ ਕਿਤੇ ਲੋਈਆਂ ਦੀ ਬੁੱਕਲ ਮਾਰਦੇ ਸੀ, ਉਹ ਸ਼ਲਹਿ ਰੂਪਣਾ ਸ਼ੌਲਾਂ ਵਾਲਾ ਆ ਗਿਆ, ਸੋ ਮੈਂ ਤੁਹਾਨੂੰ ਇਹ ਵਾਪਸ ਕਹਿ ਰਿਹਾ, ਮੈਂ ਤੁਹਾਨੂੰ ਕਹਿੰਦਾ ਕਿਸੇ ਨੂੰ ਵੀ ਆਪਣਾ ਉਹ ਰੋਲ ਮਾਡਲ ਨਾ ਬਣਾਓ ਜੀ।
ਜਿੰਨਾ ਕੋ ਕਰਨਾ ਕਰ ਗਏ। ਮੈਂ ਭਗਤ ਸਿੰਘ ਨੂੰ ਵੀ ਨਹੀਂ ਕਹਿੰਦਾ, ਗੁਰਦਾਸ ਮਾਨ ਨੂੰ ਵੀ ਨਹੀਂ ਕਹਿੰਦਾ, ਮਹਾਰਾਜ ਤੁਸੀਂ ਆਪਣੇ ਆਪ ਨੂੰ ਰੋਲ ਮਾਡਲ, ਆਪਣੇ ਆਪ ਲਈ ਵਧੀਆ ਬਣ ਜਾਓ ਅਤੇ ਇਹੀ ਵਧੀਆ ਦੁਨੀਆਂ 'ਤੇ ਆਏ ਤਾਂ ਕੁਝ ਕਰ ਲਓ, ਤੁਹਾਨੂੰ ਖੁਸ਼ੀ ਹੋ ਕੇ ਮੈਂ ਕੁਝ ਕੀਤਾ। ਜੇ ਤੁਸੀਂ ਆਲਰੇਡੀ ਕ੍ਰੈਡਿਟ ਨੂੰ ਅਡੋਪਟ ਕਰ ਰਹੇ ਹੋ, ਦੈਟਸ ਯੂਅਰ ਪ੍ਰੋਬਲਮ। ਜੀ, ਕ੍ਰੀਏਟ ਨਿਊ ਥਿੰਗਸ ਔਨ ਦਿਸ ਪਲੈਨਟ। ਤੁਸੀਂ ਆਏ ਹੋ ਦੁਨੀਆਂ 'ਤੇ ਆਏ ਹੋ, ਤੁਹਾਨੂੰ ਉਦੋਂ ਅੱਖਾਂ ਕੰਨ ਆ, ਤੁਸੀਂ ਕੁਝ ਵੀ ਨਵਾਂ ਕ੍ਰੀਏਟ ਕਰੋ ਨਾ। ਜੀ, ਠੀਕ ਆ। ਹੁਣ ਗੱਲ ਕਰਦੇ ਹਾਂ ਤੁਹਾਡੇ ਗਾਣਿਆਂ ਦੀ। ਸੋ ਗਾਣਿਆਂ ਦੀ ਗੱਲ ਕਰਕੇ, ਸਮਟਾਈਮਸ ਆਈ ਫੀਲ ਗੁੱਡ, ਜਿੱਦਾਂ ਹੁਣ ਮੈਂ ਗਾਣਾ ਨਵਾਂ ਸੁਣ ਰਿਹਾ ਸੀ ਕਿਸੇ ਦਾ, ਉਹ ਮਾਝੇ ਵਾਲਿਆਂ ਦੇ ਆ, ਤੋ ਆਈ ਫੀਲ ਦੈਟ ਵਾਈਬ ਪ੍ਰਾਊਡਲੀ। ਪ੍ਰਾਊਡਲੀ ਯੈਸ ਯਾਰ, ਸਾਡੀ ਗੱਲ ਕਰ ਬੇਸਿਕਲੀ ਫਰੋਮ ਮਾਝਾ ਨਾ, ਮਾਝਾ ਤਰਨਤਾਰਨ ਖਡੂਰ ਸਾਹਿਬ ਨਾ। ਬਿਲਕੁਲ, ਤੋ ਤਰਨਤਾਰਨੀਆਂ ਦੀ ਗੱਲ ਕਰ ਰਿਹਾ ਸੀ, ਕਿਤੇ ਨਾ ਕਿਤੇ ਮੈਨੂੰ ਵੀ ਚੰਗਾ ਜਿਹਾ ਲੱਗ ਰਿਹਾ। ਬਿਲਕੁਲ। ਬਟ ਦਾ ਫੀਲ ਜਦੋਂ ਮੈਂ ਕਾਰ 'ਚ ਉਤਰਿਆ, ਮੈਂ ਉੱਥੇ ਛੱਡ ਆਇਆ ਜੀ, ਹੁਣ ਮੈਂ ਕਿੱਦਾਂ ਠੀਕ ਆ। ਫੀਲ ਲੈਣਾ ਮਾੜੀ ਗੱਲ ਨਹੀਂ ਹੈਗੀ, ਬਿਲਕੁਲ, ਪਰ ਉਹਨੂੰ ਦਿਮਾਗ 'ਚ ਬਿਠਾ ਕੇ ਵਿਸਾਰਨਾ ਕਿ ਮੈਂ ਇੱਦਾਂ ਹੀ ਆ, ਉਹ ਬਹੁਤ ਪ੍ਰੋਬਲਮ। ਪਰ ਬਲਰਾਜ, ਅੱਜ ਕੱਲ੍ਹ ਲੋਕ ਦਿਮਾਗ 'ਚ ਬਿਠਾਉਂਦੇ ਨੇ, ਕਿਉਂਕਿ ਫੋਕੀ ਸ਼ੋਹਰਤ ਦੇ ਪਿੱਛੇ ਭੱਜਣਾ ਲੋਕ ਅਡੈਪਟ ਕਰ ਚੁੱਕੇ ਨੇ ਆਲਰੇਡੀ। ਸੋ ਕਿਤੇ ਨਾ ਕਿਤੇ 98% ਜੀ, ਭਾਵੇਂ ਉਹ 500 ਕਰੋੜ ਦਾ ਮਾਲਕ ਆ, ਭਾਵੇਂ 1000 ਕਰੋੜ ਦਾ ਮਾਲਕ ਆ, ਤਾਂ ਭਾਵੇਂ ਨਾਰਮਲ ਆ ਜੀ, ਲੋਅਰ ਕਲਾਸ ਨੂੰ ਨਹੀਂ ਕਹਿੰਦਾ, ਉਹ ਆਨੰਦ ਲੈਂਦੇ ਆ। ਬਿਲਕੁਲ। ਮਿਡਲ ਕਲਾਸ ਵਾਲੇ ਤਾਂ ਹਾਇਰ ਕਲਾਸ ਵਾਲੇ ਜ਼ਿਆਦਾ ਫਸੇ ਆ। ਬਿਲਕੁਲ। ਇਹਦਾ ਮਤਲਬ ਇਹ ਨਹੀਂ ਹੈ ਕੋਈ ਕੋਈ ਪੈਸੇ ਨਹੀਂ ਹੈਗੇ, 1000-1000 ਕਰੋੜ ਰੁਪਈਆ ਸਾਮੀਆਂ ਵੀ ਜਿਹੜੀਆਂ ਹੈਗੀਆਂ, ਉਹ ਵੀ ਇੱਦਾਂ ਬੈਠੀਆਂ ਹੁੰਦੀਆਂ ਸਾਡੇ ਸਾਹਮਣੇ ਜੀ। ਠੀਕ ਆ, ਬਿਲਕੁਲ, ਇਹ ਚੀਜ਼ਾਂ ਆ ਗਈਆਂ। ਹੁਣ ਵਾਪਸ ਗੱਲ ਕਰਾਂ, ਸਵੇਰੇ ਮੈਂ ਚਲੋ ਗੱਲ ਕਰਨੀ ਚਾਹੀਦੀ, ਜਲਾ ਅਡਲਟ ਹੋਣਾ ਛੱਡੋ, ਫਿਰ ਕਿਤੇ ਕਰਨਾ ਨਹੀਂ, ਬਟ ਸ਼ੇਅਰ ਕਰਨਾ ਚਾਹੁੰਦੇ ਤਾਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਮਿਲਣਾ ਚਾਹੀਦਾ ਬਲਰਾਜ। ਮੈਂ ਸਿੱਧਾ ਬਲਰਟ ਵੀ ਬੋਲਦਾ, ਬਾਅਦ ਚ ਲੋਕੀ ਜੱਜ ਕਰਦੇ। ਬਿਲਕੁਲ ਬਿਲਕੁਲ ਬਲਰਾਜ, ਤੁਹਾਡੇ ਬੇਬਾਕ ਪਾਣੀ ਕਰਕੇ ਹੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਸੋ ਜੋ ਵੀ ਤੁਹਾਡੇ ਦਿਲ 'ਚ ਅੱਜ ਖੁੱਲੀਆਂ ਗੱਲਾਂ ਸ਼ੇਅਰ, ਖੁੱਲੀਆਂ ਗੱਲਾਂ ਕਰਨੀਆਂ ਤਾਂ ਅੱਜ ਮੈਂ ਸਵੇਰੇ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ, ਉੱਥੇ ਪਬਲਿਕ ਟਾਇਲਟ ਦੇ ਵਿੱਚ ਮੈਂ ਗਿਆ ਜੀ, ਉੱਥੇ ਇੱਕ ਐਡਾ ਸਟicker ਲੱਗਾ ਸੀ। ਠੀਕ ਹੈ, ਜਦੋਂ ਤੁਸੀਂ ਪੀ ਕਰਦੇ ਹੋ, ਸਾਹਮਣੇ ਇੱਕ ਸਟicker ਲੱਗਾ ਸੀ ਜੀ, ਕਿਸੇ ਨੇ ਐਡਵਰਟਾਈਜ਼ਮੈਂਟ ਲਾਈ ਸੀ, ਪਤਾ ਕੀ ਸੀ ਉਹ? ਗੋਲਡਨ ਮੋਮੈਂਟਸ, ਇੱਕ ਕੁੜੀ ਔਰ ਮੁੰਡੇ ਦੀ ਫੋਟੋ ਸੀ, ਵਿੱਚ ਲਿਖਿਆ ਸੀ 8-10 ਹਜ਼ਾਰ ਰੁਪਏ ਕਮਾਏ। ਮੈਂ ਸ਼ੇਅਰ ਵੀ ਕਰ ਦੂੰਗਾ ਤੁਹਾਨੂੰ ਫੋਟੋ, ਮੇਰੇ ਕੋਲ ਖਿੱਚੀ ਹੋਈ ਜੀ। 8-10 ਹਜ਼ਾਰ ਰੁਪਏ ਕਮਾਏ, ਸ਼ਹਿਰ ਕੀ ਬੇਬਾਕ, ਮਤਲਬ ਬਹੁਤ ਵਧੀਆ ਫੈਮਿਲੀਜ਼ ਦੀਆਂ ਬੰਦੀਆਂ ਨਾ, ਕੁਆਰੀਆਂ ਕੁੜੀਆਂ ਨੂੰ ਮਿਲ ਕੇ ਇੱਕ ਗੋਲਮੋਲ ਗੱਲ ਸੀ, ਤੁਸੀਂ ਐਡਵਰਟਾਈਜ਼ ਕਰ ਸਕਦੇ ਹੋ, ਸਮਝਣ ਵਾਲਾ ਸਮਝ ਗਿਆ ਜੀ। ਬੇਸਿਕਲੀ ਦੇ ਆਰ ਸੈਲਿੰਗ ਸੈਕਸ ਜੀ, ਵਾਏ ਪਹਿਲਾਂ ਪ੍ਰੋਸਟੀਟਿਊਟ ਹੁੰਦੀ ਸੀ, ਬੰਦੇ ਕਰਦੇ ਸੀ, ਕਰਦੇ ਆ, ਸਾਰੇ ਕਰਦੇ ਆ, ਤੁਸੀਂ ਹਰ ਕੀ ਬੀਬੀ ਨੂੰ ਵੇਖਦੇ ਹੋ, ਵੇਖਦੇ ਆ ਜੀ, ਜਿੱਦਾਂ ਮਰਜ਼ੀ ਕੋਈ ਕਹੇ ਹਰ ਬੰਦਾ ਕਹੇਗਾ। ਬਟ ਜਿਹੜੇ ਇਲਿਊਜ਼ਨ 'ਚ ਸੋਸਾਇਟੀ ਰਹਿ ਰਹੀ ਹੈ ਇਸ ਵੇਲੇ, ਬਿਲਕੁਲ, ਉਹ ਡਰਾਮੇਬਾਜ਼ੀਆਂ ਜੋ ਫੁਕਰੇ ਪੰਥੀਆਂ 'ਚ, ਭਾਵੇਂ ਸਾਡੇ ਆ ਜਿੰਨੇ ਵੀ ਸਾਰੇ ਬੰਦੇ ਹੈਗੇ ਕਿਸੇ ਵੀ ਕਮਿਊਨਿਟੀ ਦੇ ਹੋਣ, ਦੇ ਆਰ ਡੀਲਿੰਗ ਵਿਦ ਸਟ੍ਰੈਸ ਜੀ, ਬਿਲਕੁਲ, ਡਿਪਰੈਸ਼ਨ, ਸਟ੍ਰੈਸ ਕਰਕੇ ਥੋੜਾ ਨਰਵਸ ਸਿਸਟਮ ਡਾਊਨ ਹੋ ਰਿਹਾ, ਥੋੜੀ ਈਟਿੰਗ ਹੈਬਿਟਸ ਡਾਊਨ ਹੋ ਰਹੀਆਂ, ਬਿਲਕੁਲ, ਥੋੜਾ ਫਿਟਨੈਸ ਲਾਈਫ ਸਟਾਈਲ ਖਰਾਬ ਹੋ ਰਿਹਾ, ਤਾਂ ਮਹਾਰਾਜ ਉਹ ਸਮਾਂ ਜ਼ਰੂਰ ਆਊਗਾ ਜਦੋਂ ਤੁਹਾਡੀਆਂ ਤੀਵੀਆਂ ਨੂੰ ਬੰਦੇ ਚਾਹੀਦੇ ਹੋਣਗੇ ਉਹਨਾਂ ਨੂੰ ਸੈਟਿਸਫਾਈ ਕਰਨ ਵਾਸਤੇ, ਬਿਕੋਜ਼ ਤੁਸੀਂ ਤਾਂ ਬਿਜ਼ੀ ਹੋ ਮਨੀ ਕਮਾਉਣ 'ਚ, ਤੁਹਾਨੂੰ ਆਪਣੀ ਸਿਹਤ ਦਾ ਨਹੀਂ ਪਤਾ, ਬਿਲਕੁਲ, ਠੀਕ ਹੈ ਨਾ, ਤੁਸੀਂ ਆਪਣਾ, ਸੋ ਸੋਰੀ ਆਮ ਐਕਸਪਲੇਨਿੰਗ, ਜੇ ਤੁਸੀਂ ਆਪਣਾ ਰੀਪ੍ਰੋਡਕਟਿਵ ਸਿਸਟਮ ਜਾਂ ਰੀਪ੍ਰੋਡਕਟਿਵ ਸਿਸਟਮ ਦੇਖਣਾ ਹੋਵੇ, ਤਾਂ ਕੁਝ ਲੋਕਾਂ ਨੂੰ ਸ਼ੀਸ਼ੇ ਸਾਹਮਣੇ ਜਾ ਕੇ ਦੇਖਣਾ ਪਊਗਾ, ਐਡੇ ਐਡੇ ਤੁਸੀਂ ਢਿੱਡ ਗੱਡੇ, ਤੁਹਾਨੂੰ ਪਤਾ ਹੀ ਨਹੀਂ, ਸਿਰਫ ਰਾਤ ਤੁਹਾਡਾ ਇਹੀ ਤੁਹਾਡੇ ਲਈ ਦੌਲਤ ਸ਼ੌਹਰਤ ਆ ਕੇ, ਚਾਰ ਪੈਗ ਹੋਣ ਤਾਂ ਮੁਰਗੇ ਦੀ ਲੱਤ ਫੜੀ ਹੋ, ਤਾਂ ਇਹੀ ਜ਼ਿੰਦਗੀ ਹੈ, ਇਟਸ ਨੋਟ ਲਾਈਫ ਜੀ। ਜੇ ਤੁਸੀਂ ਇੱਥੋਂ ਬਾਹਰ ਆਉਣਾ ਚਾਹੁੰਦੇ ਆ ਜਾਓ, ਨਹੀਂ ਤਾਂ ਮਹਾਰਾਜ ਇਹ ਵੀ ਸਰਵਿਸ ਮੈਂ ਗਰੰਟੀ ਨਾਲ ਕਹਿੰਦਾ 5 ਸਾਲਾਂ ਵਿੱਚ ਸਾਰੇ ਪੰਜਾਬ 'ਚ ਹੋਊਗਾ ਜੀ, ਕਿ ਤੁਸੀਂ ਬੇਸਿਕਲੀ ਇੰਪੋਰਟੈਂਟ ਹੋ ਸੋਸਾਇਟੀ। ਸੋਰੀ ਆਮ ਇੰਟਰਪਟਿੰਗ, ਮੇਰੇ ਕੋਲ ਬਹੁਤ ਸਾਰੇ ਕੇਸ ਆ ਰਹੇ ਆ, ਆਈ ਐਮ ਗਲੈਡ ਜਿਹੜੇ ਬੰਦੇ ਮੇਰੇ ਨਾਲ ਸ਼ੇਅਰ ਕਰਦੇ ਆ ਕਿ ਬਲਰਾਜ ਆਈ ਐਮ ਨੋਟ ਪਰਫੋਰਮਿੰਗ, ਪਲੀਜ਼ ਹੈਲਪ ਮੀ, ਫਿਰ ਮੈਂ ਐਨਾਲਾਈਜ਼ ਕਰਦਾ। ਪਰ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੈਗੇ ਆ ਜਿਹੜੇ ਡਰਦੇ, ਦੱਸਦੇ ਹੀ ਨਹੀਂ ਕੌਂਸਲਰ ਨੂੰ ਕਿ ਮਹਾਰਾਜ ਮੈਂ ਇਹ ਪ੍ਰੋਬਲਮ ਫੇਸ ਕਰ ਰਿਹਾ, ਬਿਲਕੁਲ, ਮੈਂ ਉਹਨਾਂ ਨੂੰ ਕਹਿੰਦਾ ਪਲੀਜ਼ ਡਰਿਆ ਨਾ ਕਰੋ ਜੀ, ਦਵਾਈ ਹਰ ਚੀਜ਼ ਦੀ ਹੈ,
ਜੇ ਤੁਹਾਨੂੰ ਕੋਈ ਕਾਨੂੰਨੀ ਸਲਾਹ ਲੈਣੀ ਤੁਸੀਂ ਵਕੀਲ ਕੋਲ ਜਾਂਦੇ ਹੋ, ਜੇ ਤੁਹਾਨੂੰ ਕੋਈ ਸੈਕਸ ਰਿਲੇਟਡ ਪ੍ਰੋਬਲਮ ਆ ਪਲੀਜ਼ ਇਹਨੂੰ ਇੰਨਾ ਟੈਬੂ ਨਾ ਲਾਓ, ਬੋਲੋ ਜੀ, ਔਰ ਇਹ ਹਰ ਕਿਸੇ ਦੀ ਲੋੜ ਆ, ਬਿਲਕੁਲ ਠੀਕ ਹੈ ਨਾ। ਇਸ ਕਰਕੇ ਫਿਰ ਆਹ ਜਿਹੀਆਂ ਸਰਵਿਸ ਤੋਂ ਮੈਨੂੰ ਵੱਟ ਬੜਾ ਚੜਿਆ ਸੀ, ਉਹ ਵੀ ਪੰਜਾਬ 'ਚ ਅੰਮ੍ਰਿਤਸਰ 'ਚ ਲੱਗੀ ਹੈ ਜੀ, ਔਰ ਤੁਸੀਂ ਇਹ ਤੋਂ ਸਮਝ ਸਕਦੇ ਹੋ ਕਿ ਹਵਾ ਆਣੀ ਸ਼ੁਰੂ ਹੋ ਗਈ ਹੈ ਤਾਂ ਹਵਾ ਫੈਲੂਗੀ। ਬਿਲਕੁਲ ਬਿਲਕੁਲ ਬਲਰਾਜ, ਇਹੋ ਜਿਹੀਆਂ ਚੀਜ਼ਾਂ ਤੋਂ ਜੱਜ ਕਰ ਸਕਦੇ ਹੋ ਕਿ ਪੰਜਾਬ 'ਚ ਕਿਸ ਤਰੀਕੇ ਦਾ ਮਾਹੌਲ, ਇਸੇ ਕਰਕੇ ਤੁਸੀਂ ਆਪਣੀ ਮਰਦਾਨਗੀ ਖਰਾਬ ਕਰ ਰਹੇ ਹੋ, ਤੁਸੀਂ ਮਰਦ ਪ੍ਰਧਾਨ ਮਤਲਬ ਸੌਰੀ ਪੰਜਾਬ ਮਤਲਬ ਪੂਰਾ ਠੋਕ ਵਾਲੇ ਬੰਦਿਆਂ ਦੀ, ਬਿਲਕੁਲ ਕਿਹਾ ਜਾਂਦਾ ਕਿ ਮਰਦ ਡੋਮੀਨੇਟ ਸੋਸਾਇਟੀ, ਡੋਮੀਨੇਟ ਸੋਸਾਇਟੀ ਚਲੋ ਸਾਰੇ ਹੀ ਕਰਦੇ ਆ, ਪਰ ਉਹਦੇ ਲਈ ਮੈਂ ਅਗੇਂਸਟ ਹੈਗਾ ਜੀ, ਪਰ ਮਰਦ ਮਤਲਬ ਪੰਜਾਬ ਪੰਜਾਬ ਦਾ ਨਾਂ ਆਉਂਦਾ ਨਾ ਪੰਜਾਬ, ਔਰ ਖਾੜਕੂ ਜਿਹਾ ਖਿਆਲ ਦੇ ਚਾਹੁੰਦਾ ਹੈ, ਜਿਹੜਾ ਸ਼ਲਾਰੂ ਵੇਖੀ ਦੇ ਤੁਰੇ ਫਿਰਦੇ ਉਤੋਂ ਆਹੀਆਂ ਐਡਾਂ ਦੇਖੀਆਂ, ਲੱਗਦਾ ਕਿ ਸਾਰਾ ਪੰਜਾਬ ਹੀ ਨਾ ਮਰਦ ਹੋ ਗਿਆ ਜੀ, ਬਿਲਕੁਲ। ਸੋ ਉਹ ਕਿਤੇ ਕਿਤੇ ਮੈਨੂੰ ਵੀ ਬਹੁਤ ਠੇਸ ਪਹੁੰਚਦੀ ਆ, ਸੋ ਮੈਂ ਐਕਸਪਲੇਨ ਕਰਤਾ, ਪਤਾ ਤੁਸੀਂ ਗੁੱਸਾ ਕਰੋ, ਕਰਨਾ ਵੀ ਤੁਹਾਡੇ ਮਤਲਬ ਦੀ ਗੱਲ ਆ ਬਾਈ, ਆਈ ਡੋਂਟ ਕੇਅਰ ਜੀ, ਮੈਂ ਕਰਨਾ ਹੀ ਕਰਦਾ। ਸੋ ਲੋਕਾਂ ਨੂੰ ਤੇ ਸਰਕਾਰਾਂ ਨੂੰ ਮਿਲ ਕੇ ਹੀ ਕੁਝ ਕਰਨਾ ਚਾਹੀਦਾ, ਸੋ ਕੀ ਤੁਸੀਂ ਚਾਹੋਗੇ ਕਿ ਸਰਕਾਰ ਕੋਈ ਇਦਾਂ ਦੇ ਸਟੈਪ ਚੁੱਕੇ ਕਿ ਇਹ ਚੀਜ਼ਾਂ ਬੈਨ ਹੋਣ? ਮੈਂ ਸਰਕਾਰ ਦੇ ਬਿਲਕੁਲ ਨਹੀਂ ਬੋਲੂਗਾ, ਸਰਕਾਰ ਆਪਣਾ ਕੰਮ ਕਰ ਰਹੀ ਹੈ ਜੀ, ਉਹਨਾਂ ਨੂੰ ਬਣਾਉਣਾ ਆਉਂਦਾ ਤੂੰ ਸਾਨੂੰ ਬਣਨਾ ਆਉਂਦਾ, ਬਿਲਕੁਲ, ਅਕਲ ਤੁਹਾਡੀ ਆ, ਦਿਮਾਗ ਤੁਹਾਡਾ, ਬਿਲਕੁਲ। ਸਰਕਾਰਾਂ ਤੁਸੀਂ ਤੇ ਇਹੋ ਜਿਹੇ ਹੈਗੇ, ਇਹੋ ਜਿਹੇ ਲੋਕ ਵੀ ਮੈਂ ਲੋਕਡਾਊਨ 'ਚ ਦੇਖੇ ਆ, ਜਦੋਂ ਲੋਕਡਾਊਨ ਹੋਇਆ ਸੀ ਕੁਝ ਟੀਮਾਂ ਸਾਡੀਆਂ ਸਰਵ ਕਰਦੀਆਂ ਸੀ ਫੂਡ ਦੇਣ ਲਈ, ਲੋਕੀ ਇੱਥੋਂ ਤੱਕ ਸੀ ਉਹ ਸਟੋਰ ਕਰਨ ਲੱਗੇ ਫੂਡ, ਬਿਲਕੁਲ। ਲੋਕੀ ਤਾਂ ਇਹ ਵੀ ਕਹਿੰਦੇ ਸਾਨੂੰ ਕੁਝ ਕਰਨਾ ਨਾ ਪਵੇ, ਸਾਡੇ ਮੂੰਹ 'ਚ ਕੋਈ ਆ ਗਿਆ ਤਾਂ ਪਾਣੀ ਵੀ ਉੱਤੋਂ ਪਿਲਾਣਗੇ। ਸੋ ਮਹਾਰਾਜ ਮੈਂ ਵਾਪਸ ਬੈਕ ਟੂ ਪੁਆਇੰਟ ਆਉਂਦਾ, ਤੁਸੀਂ ਰਿਸਪੋਂਸੀਬਲ ਆਪਣੇ ਆ, ਸਾਰੇ ਚੰਗੇ ਮਾੜੇ ਕੰਮਾਂ ਦੇ ਤੁਸੀਂ, ਮੈਂ ਸਰਕਾਰ ਨੂੰ ਦੋਸ਼ ਨਹੀਂ ਦਿੰਦਾ, ਹੋਰ ਦੱਸੋ ਜੀ। ਮੈਂ ਨਾ ਸਰਕਾਰ ਠੀਕ ਹੈ, ਇਹ ਛੱਤਾਂ ਵਾਲੀ ਹੈ, ਇਹਦਾ ਦਿਮਾਗ ਨਹੀਂ ਕੰਮ ਕਰਦਾ ਜੀ। ਤੁਸੀਂ ਨਿਆਣੇ ਜੰਮੀ ਜਾ ਰਹੇ ਹੋ, ਸਾਡੇ ਇੱਕ ਲਾਗੇ ਆਸੇ ਪਾਸੇ ਆ, ਚਾਰ ਨਿਆਣੇ ਆ ਜਵਾਕ ਦੇ, ਆਪ 22-24 ਸਾਲ ਦੀ ਉਮਰ ਹੈ ਜੀ, ਅਜੇ ਵੀ ਨਹੀਂ ਹਟਦਾ, ਤਾਂ ਰੋਟੀ ਘਰ ਖਾਣ ਨੂੰ, ਤਾਂ ਤੁਹਾਡੀ ਬੁੱਧੀ ਨਹੀਂ ਕੰਮ ਕਰਦੀ ਜੀ। ਸੋ ਫਿਰ ਸਰਕਾਰ ਤੁਹਾਡੇ ਹੁਣ ਠੇਕਾ ਲਿਆ, ਨਿਆਣੇ ਤੁਸੀਂ ਜੰਮੋ, ਸਰਕਾਰ ਤੁਹਾਡੇ ਵੱਲ, ਬਿਲਕੁਲ। ਇਸ ਕਰਕੇ ਮੈਂ ਸਰਕਾਰ ਦੇ ਨਾਲ, ਮੈਂ ਸਰਕਾਰ ਵੱਲ ਨਹੀਂ ਆ ਸਕਦਾ, ਇਹ ਲੋਕਾਂ ਦਾ ਕਸੂਰ, ਅਨਪੜਤਾ ਜਿਹੜੀ ਆ ਉਹ ਵੀ ਇਹਦੇ ਤੇ ਕਾਰਨ ਨਹੀਂ ਬਣਦੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨੌਲੇਜ ਨਹੀਂ ਹੈ, ਇਹਨੂੰ ਅਨਪੜਤਾ ਨਹੀਂ, ਇਹਨੂੰ ਮੂਰਖਤਾ ਕਹਿੰਦੇ ਆ। ਜਿਹੜੀ ਮੈਂ ਗੱਲ ਹੁਣ ਪਿੱਛੇ 5 ਸੈਕਿੰਡ ਪਹਿਲਾਂ ਸੈਕਸ ਦੀ ਗੱਲ ਕੀਤੀ ਹੈ ਨਾ ਜੀ, ਆ ਕਈ ਜਿਹੜੇ ਕਹਿੰਦੇ ਹਾਏ ਕੀ ਬੋਲਦੇ ਆ, ਪਰ ਮਹਾਰਾਜ ਰਿਐਲਿਟੀ ਹੈ, ਇਹ ਰਿਐਲਿਟੀ ਨੂੰ ਛੁਪਾਉਣ ਲਈ ਚਾਹੀਦਾ, ਬਿਲਕੁਲ ਠੀਕ ਹੈ ਨਾ। ਜੇ ਸਾਡੇ ਮਾਂ ਬਾਪ ਨੇ ਸੈਕਸ ਕੀਤਾ ਤਾਂ ਅਸੀਂ ਦੁਨੀਆ 'ਤੇ ਹਾਂ, ਇਹ ਸਾਇੰਸ ਸਮਝਣੀ ਚਾਹੀਦੀ ਹੈ ਜੀ, ਸਾਨੂੰ ਪੜ੍ਹਾਇਆ ਜਾਂਦਾ ਨਾ ਐਨਾਟਮੀ ਬਾਇਓਲੋਜੀ 'ਚ, ਮੈਂ ਮੈਡੀਕਲ ਸਟੂਡੈਂਟ ਵੀ, ਸੋ ਇਸ ਲਈ ਓਪਨਲੀ ਬੋਲ ਰਿਹਾ ਜੀ, ਬਿਲਕੁਲ। ਸੋ ਇਹਨੂੰ ਥੋੜ੍ਹਾ ਟੈਬੂ ਤਾਂ ਕਲੀਅਰ ਕਰੋ ਰਿਐਲਿਟੀ 'ਚ ਜੀ। ਸੋ ਬਲਰਾਜ, ਕਾਉਂਸਲਿੰਗ ਕਰਦੇ ਹੋ ਤੁਸੀਂ ਲੋਕਾਂ ਨੂੰ, ਕਾਉਂਸਲਿੰਗ ਦਿੰਦੇ ਹੋ, ਸੋ ਕਿਹੋ ਜਿਹੀਆਂ ਚੀਜ਼ਾਂ ਲੋਕ ਅੱਜ ਦੇ ਟਾਈਮ 'ਤੇ ਕੀ ਫੇਸ ਕਰ ਰਹੇ ਨੇ ਜ਼ਿਆਦਾਤਰ, ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਕੇਸਿਸ ਤੁਹਾਡੇ ਕੋਲ ਆ ਰਹੇ ਨੇ, ਸੋ ਡਿਪਰੈਸ਼ਨ ਨੂੰ ਲੈ ਕੇ ਲੋਕ ਕਿੱਦਾਂ ਦਾ ਰਿਐਕਟ ਕਰਦੇ ਨੇ, ਕੀ ਕਾਰਨ ਹੈ ਮੇਨ ਕਿ ਲੋਕ ਡਿਪਰੈਸਡ ਹੋ ਰਹੇ ਨੇ, ਸੁਸਾਈਡ ਅਟੈਂਪਟ ਕਰਨ ਤੱਕ ਚਲ ਜਾਂਦੇ ਨੇ? ਡਿਪਰੈਸ਼ਨ ਦੇ ਕਈ ਕਈ ਟਾਈਪਸ ਹੁੰਦੀਆਂ, ਕਈ ਕਈ ਕਾਰਨ ਹੁੰਦੇ, ਜ਼ਰੂਰੀ ਨਹੀਂ ਹੁੰਦਾ ਕੋਈ ਮਨੀ ਹੋਵੇ, ਫਾਈਨੈਂਸ਼ੀਅਲੀ ਹੋਵੇ ਜਾਂ ਇਕਨੋਮਿਕਲੀ ਕੁਝ ਵੀ ਹੋਵੇ, ਸੋਸ਼ਲੀ ਹੋਵੇ, ਹਰ ਕਿਸੇ ਵਾਸਤੇ ਇਹਦੀ ਟਰਮ ਅਲੱਗ ਹੈ। ਇੱਕ ਸਟੂਡੈਂਟ ਵਾਸਤੇ ਅਲੱਗ ਆ, ਇੱਕ ਟੀਚਰ ਵਾਸਤੇ ਅਲੱਗ ਆ, ਇੱਕ ਪੇਰੈਂਟਸ ਵਾਸਤੇ ਅਲੱਗ ਆ, ਮੋਮ ਡੈਡ ਵਾਸਤੇ ਅਲੱਗ ਆ। ਸੋ ਜਿਹੜੇ ਬੱਚੇ ਹੈਗੇ ਆ, ਜਿਹੜੇ ਕੁਝ ਫੈਮਿਲੀਜ਼ ਇੱਦਾਂ ਦੀਆਂ, ਮੈਂ ਵਾਪਸ ਕਹਿੰਦਾ, ਮੈਂ ਕਹਿੰਦਾ ਕਿ ਅਮੀਰੀ ਔਰ ਰਹੀਸੀ ਦੇ ਵਿੱਚ ਬੜਾ ਫਰਕ ਹੁੰਦਾ ਜੀ। ਅਸੀਂ ਲੋਕ ਅਮੀਰ ਤਾਂ ਬਣ ਗਏ, ਪਰ ਰਹੀਸ ਮੈਨੂੰ ਕੋਈ ਨਾ ਕੋਈ ਦੀਦਾ ਜੀ, ਰਹੀਸ ਤਾਂ ਅਮੀਰ 'ਚ ਬੜਾ ਫਰਕ ਹੈ। ਅਮੀਰ ਜਿਹੜਾ ਬਣਿਆ ਨਾ ਬੰਦਾ, ਭਾਵੇਂ ਉਹ 1000 ਕਰੋੜ ਦਾ 2000 ਕਰੋੜ ਦਾ ਮਾਲਕ ਹੋਵੇ, ਉਹ ਅਮੀਰ ਹੋ ਸਕਦਾ। ਰਹੀਸੀ ਜਿਹੜੀ ਹੈ ਨਾ, ਉਹ ਖਾਨਦਾਨੀ ਹੁੰਦੀ, ਉਹ ਧਰੋਂ ਹੁੰਦੀ ਹੈ ਪਰਮਾਤਮਾ ਦੀ। ਜ਼ਰੂਰੀ ਨਹੀਂ ਹੈ ਰਹੀਸ ਬੰਦੇ ਕੋਲ 1000 ਕਰੋੜ ਹੋਵੇ, ਹੋ ਸਕਦਾ ਕੁਝ ਨਾ ਹੋਵੇ, ਪਰ ਜਿਹੜੀ ਰਹੀਸੀ ਹੈ ਨਾ, ਬਾਦਸ਼ਾਹਤ ਆ, ਇਹ ਬਾਦਸ਼ਾਹ ਵੱਲੋਂ ਹੀ ਮਿਲਦੀ। ਸੋ ਇਹਨਾਂ ਚੀਜ਼ਾਂ 'ਚ ਫਰਕ ਨਹੀਂ ਸਮਝ ਸਕਦੇ ਲੋਕ। ਤਾਂ ਮੈਂ ਇਹ ਕਹੂੰਗਾ, ਅਮੀਰ ਹੋ ਠੀਕ ਹੋ, ਤੁਹਾਨੂੰ ਆਪਣੇ ਨੌਕਰ ਨਾਲ ਗੱਲ ਕਰਨ ਦਾ ਨਹੀਂ ਪਤਾ ਕਿੱਦਾਂ ਗੱਲ ਕਰ, ਬਿਲਕੁਲ ਐਥਿਕਸ ਨਹੀਂ ਆ ਲੋਕਾਂ ਨੂੰ, ਤੁਹਾਨੂੰ ਨਹੀਂ ਸਮਝਦੇ ਕਿ ਤੁਸੀਂ ਰਾਜੀ ਆ, ਯੂ ਆਰ ਨਥਿੰਗ ਮੈਨ। ਤੁਹਾਡੀ ਡਿਊਟੀ ਆ, ਤੁਹਾਡੇ ਕਰਮ ਚੰਗੇ ਆ, ਤਾਂ ਰੋਟੀ ਸੌਖੀ ਮਿਲਦੀ, ਡਜ਼ਨਟ ਮੀਨ ਕਿ ਤੁਸੀਂ ਕਿਸੇ ਨੂੰ
ਦੇਖੋ, ਅੱਖਾਂ ਖੋਲ ਕੇ ਵੇਖੋ ਦੁਨੀਆਂ ਕਿੰਨੇ ਕਿਰਦਾਰ ਨੇ ਬਣਾਈ, ਉਹ ਵੀ ਤਾਂ ਬੈਠਾ ਨਾ, ਤੁਸੀਂ ਉਹਨੇ ਭੁੱਲ ਗਏ ਫਿਰ ਲੜਾਈ ਛਤਰ ਵੱਜਦਾ ਫਿਰ ਤੁਸੀਂ ਕਹਿੰਦੇ ਨਹੀਂ ਰੱਬ ਹੈਗਾ ਜੀ। ਮੇਰਾ ਸਾਰਾ ਤਰੀਕਾ ਇੱਦਾਂ ਦਾ ਬੋਲਣ ਨਾ, ਪਰ ਸਮਝ ਨਹੀਂ ਆਉਣੀ ਲੋਕਾਂ ਨੂੰ ਮੈਂ ਕੀ ਕਰਾਂ ਜੀ। ਸੁਪਨਾਜ ਪੰਜਾਬੀ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਦਊਂਗਾ ਇਹੀ ਕਿ ਟੇਕ ਇਟ ਈਜ਼ੀ, ਲਾਈਫ ਬੜੀ ਸੋਹਣੀ ਹੈ, ਇਹਨੂੰ ਐਵੇਂ ਨਾ ਖਰਾਬ ਕਰੋ, ਅਤੇ ਜੇ ਕਿਸੇ ਨਾਲ ਮੁਹੱਬਤ ਵੰਡ ਸਕਦੇ ਹੋ ਤਾਂ ਵੰਡੋ, ਅਤੇ ਜੇ ਨਫ਼ਰਤ ਵੰਡਣੀ ਉਹ ਆਪਣੇ ਕੋਲ ਰੱਖੋ, ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਫੈਲੀ ਆ। ਸਰਬੱਤ ਦੇ ਭਲੇ ਦੀ ਅਰਦਾਸ ਕਰੋ, ਮਾਲਕ ਦਾ ਨਾਂ ਲਓ, ਅਤੇ ਜਵਾਕਾਂ ਨੂੰ ਥੋੜ੍ਹਾ ਜਿਹਾ ਪਾਠ ਪੂਜਾ ਵਾਲੇ ਬੰਦੇ ਵੀ ਲਾਓ, ਜਿਹੜੇ ਹੁਣ ਵਿਗੜ ਗਏ ਵਿਗੜ ਗਏ, ਜਿਹੜੇ ਜਵਾਕ ਨਵੇਂ ਆ ਉਹਨਾਂ ਨੂੰ ਇਹ ਨਾ ਸਿਖਾਓ ਕਿ ਫਲਾਣੇ ਦੇਸ਼ ਦੀ ਕੈਪੀਟਲ ਕਿੱਥੇ ਆ, ਉਹ ਬਾਅਦ ਦੀ ਗੱਲ ਹੈ, ਪਹਿਲਾਂ ਆਪਣੇ ਆਪ ਨੂੰ ਸਾਂਭੋ। ਹੁਣ ਦੇਖੋ ਬੇਟਾ ਤੇਰਾ ਆਹ ਸੀ ਨਾ, ਇੱਦਾਂ ਪੜ੍ਹ। ਔਰ ਦੂਜੀ ਗੱਲ ਆ ਕਿ ਇਹ ਉਹਨਾਂ ਕੋਲ ਐਕਸਪੈਕਟ ਨਾ ਕਰੋ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ, ਬੱਚਿਆਂ ਸਾਹਮਣੇ ਸ਼ਰਾਬਾਂ ਪੀ ਜਾਓ, ਪਾਰਟੀਆਂ ਕਰੀ ਜਾਓ, ਤੁਸੀਂ ਬਾਹਰ ਕਿੱਟੀਆਂ ਇੰਜੋਏ ਕਰੀ ਜਾਓ, ਜਵਾਕ ਨੂੰ ਕਹੋ ਤੁਸੀਂ ਬੇਟਾ ਇਹ ਨਹੀਂ ਕਰਨਾ। ਬੱਚਾ ਬਹੁਤ ਤਗੜੀ ਅਬਜ਼ਰਵਿੰਗ ਪਾਵਰ ਰੱਖਦਾ, ਔਰ ਉਹ ਜੋ 7 ਸਾਲ ਦੇਖਦਾ ਉਹੀ ਆਪਣੀ ਲਾਈਫ 'ਚ ਚੱਲਦਾ, ਔਰ ਦੈਟ ਇਜ਼ ਦਾ ਆਲਸੋ ਰੀਜ਼ਨ ਡਿਪਰੈਸ਼ਨ। ਬੱਚੇ ਵੀ ਡਿਪਰੈਸ਼ਨ ਦੇ ਬਹੁਤ ਸ਼ਿਕਾਰ ਹੋ ਰਹੇ ਆ ਜੀ, ਜਿਹਨਾਂ ਦੇ ਮਾਂ ਪਿਓ ਕਹਿੰਦੇ ਆ ਤੂੰ ਇੱਦਾਂ ਨਹੀਂ ਕਰਨਾ, ਤੂੰ ਉਹਨੂੰ ਨਹੀਂ ਮਿਲਣਾ, ਤੂੰ ਉਹਨੂੰ ਨਹੀਂ ਮਿਲਣਾ। ਯਾਰ ਉਹਨੂੰ ਮਿਲਦਾ ਉਹਨਾਂ ਦੀ ਲਾਈਫ ਆ ਜੀ, ਉਹ ਜਿੰਨਾ ਚਿਰ ਕਿਸੇ ਨੂੰ ਮਿਲੂਗਾ ਨਹੀਂ, ਉਹਨੂੰ ਮਾੜਾ ਨਹੀਂ ਲੱਗੂ, ਉਹਨੂੰ ਕਿੱਦਾਂ ਪਤਾ ਲੱਗੂ ਮਾੜਾ? ਬਿਲਕੁਲ। ਹੁਣ ਤੁਸੀਂ ਕਹਿ ਦੋਗੇ ਉਹ ਫੁੱਲ ਹਨਾ ਦੇਖ ਲਾ ਨਕਲੀ ਆ, ਜਿੰਨੀ ਦੇਰ ਤੱਕ ਮੈਂ ਜਾ ਕੇ ਕੋਲੋਂ ਸੰਬੰਧ ਨਹੀਂ ਲਾਊਂਗਾ ਤਾਂ ਮੈਨੂੰ ਕਿੱਦਾਂ ਪਤਾ ਲੱਗੂ ਨਕਲੀ ਆ ਕਿ ਅਸਲੀ ਜੀ, ਤੁਹਾਡਾ ਕਿਹੜਾ ਕੋ ਮੰਨਾ ਮੈਂ। ਸੋ ਮਾਈ ਪੁਆਇੰਟ ਇਜ਼ ਐਕਸਪੀਰੀਅੰਸ ਈਚ ਐਂਡ ਐਵਰੀਥਿੰਗ ਜੀ, ਐਂਡ ਕੂਲ ਜੀ। ਸੋ ਪੰਜਾਬੀ ਬੁਲੇਟਿਨ ਦੀ ਸਮੁੱਚੀ ਟੀਮ ਵੱਲੋਂ ਤੁਹਾਡੀ ਲਜ਼ੀਜ਼ ਲਈ ਤੁਹਾਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਪਰਮਾਤਮਾ ਕਰੇ ਕਿ ਤੁਸੀਂ ਦਿਨ ਦੋਗਣੀ ਰਾਤ ਚੌਗਣੀ ਤਰੱਕੀ ਕਰੋ, ਔਰ ਇੱਦਾਂ ਹੀ ਸਾਡੇ ਮਾਧਿਅਮ ਰਾਹੀਂ ਲੋਕਾਂ ਦੇ ਨਾਲ ਇੰਟਰੈਕਟ ਕਰਦੇ ਰਹੋ। ਸੋ ਆਪਣਾ ਕੀਮਤੀ ਸਮੇਂ ਦੇ ਲਈ ਬਹੁਤ ਬਹੁਤ ਧੰਨਵਾਦ ਬਲਵੰਤ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਤੁਹਾਡਾ ਵੀ ਸ਼ੁਕਰੀਆ, ਬਹੁਤ ਮੁਹੱਬਤ ਨਾਲ ਤੁਹਾਨੂੰ ਜਦੋਂ ਵੀ ਗੱਲ ਕਰੀਦੀ ਆ ਸੋਚ ਸਮਝ ਕੇ ਕਰਦਾ ਹੁੰਦਾ, ਅਤੇ ਮੈਨੂੰ ਲੱਗਦਾ ਹੁੰਦਾ ਕਿ ਜੇ ਕੋਈ 50,000 ਲੱਖ ਬੰਦਾ ਦੇਖੂਗਾ, ਕਦੇ 2 ਬੰਦੇ ਦਾ ਵੀ ਮੇਰੀ ਗੱਲ ਮੰਨ ਲਈ ਜੀ, ਤਾਂ ਮੇਰਾ ਬੋਲਣਾ ਸਫਲ ਆ ਜੀ, ਕਿਉਂਕਿ ਇੱਦਾਂ ਹੀ ਮੈਂ ਕਿ ਤੂੰ ਸੁਣ ਸੁਣ ਕੇ ਬਣਾ ਜੀ। ਸੋ ਆਲ ਦੀ ਬੈਸਟ ਟੂ ਯੂ, ਸਰਬੱਤ ਦਾ ਬੜਾ ਮਾਲਕ ਮਿਹਰ ਕਰੇ, ਬਹੁਤ ਮੁਹੱਬਤਾਂ, ਬਹੁਤ ਪਿਆਰ ਤੁਹਾਨੂੰ ਜੀ, ਸ਼ੁਕਰੀਆ। ਸਲੋ ਜੀ, ਹੁਣੇ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਆ ਬਲਰਾਜ ਖਹਿਰਾ ਹੋਣਾ ਦੇ ਨਾਲ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਇਹਨਾਂ ਨੇ ਸ਼ੇਅਰ ਕੀਤੀਆਂ। ਸੋ ਆਉਣ ਵਾਲੇ ਕੁਛ ਹੀ ਸਮੇਂ ਦੇ ਵਿੱਚ ਲਜ਼ੀਜ਼ ਜਿਹੜੀ ਹੈ ਨੈੱਟਫਲਿਕਸ ਦੇ ਉੱਤੇ ਆ ਜਾਏਗੀ। ਸੋ ਸਭ ਨੂੰ ਇਹ ਰਿਕੁਐਸਟ ਕਰਦੇ ਹਾਂ ਪੰਜਾਬੀ ਬੁਲੇਟਿਨ ਦੇ ਮਾਧਿਅਮ ਰਾਹੀਂ ਕਿ ਜ਼ਰੂਰ ਵੇਖਿਓ, ਔਰ ਲਜ਼ੀਜ਼ ਅਤੇ ਹੋਰ ਵੀ ਜਿਹੜੇ ਅਪਕਮਿੰਗ ਇਹਨਾਂ ਦੇ ਪ੍ਰੋਜੈਕਟ ਆ ਰਹੇ ਨੇ ਉਹਨਾਂ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ। ਸੋ ਅਪਕਮਿੰਗ ਵੀ ਕੁਛ ਸੈਲੀਬ੍ਰਿਟੀਜ਼ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਦੇ ਲਈ ਹਾਜ਼ਰ ਆਵਾਂਗੇ। ਤਦ ਤੱਕ ਦਿਓ ਇਜਾਜ਼ਤ ਕੈਮਰਾਮੈਨ ਜਤਿਨ ਦੇ ਨਾਲ, ਮੈਂ ਮਨਪ੍ਰੀਤ ਕੌਰ ਜਲੰਧਰ।